ਜਿਹਨੂੰ ਅਸੀਂ ਕਲਾਕਾਰਾਂ ਨੂੰ ਕੰਜਰ, ਭੈਣ ਦੇ ਦੀਨੇ, ਹੋਰ ਬੜਾ ਕੁਛ ਇੰਨੇ ਤੱਤੇ ਸ਼ਬਦ ਵਰਤਾਂਗੇ, ਉਹ ਨਾਲ ਕਿਵੇਂ ਖੜਨਗੇ? ਜਿਹਨੇ ਵੀ ਉਹ ਪਾਇਆ ਉਹਦੇ ਚ, ਜਿਸ ਤਰ੍ਹਾਂ ਮਤਲਬ ਗੱਲ ਕਰਦਾ, ਬੜਿਆਂ ਦੀ ਪੌੜੀ ਮਖਸੂਸ ਪੂਰੀ ਪਾਈ ਹੈ, ਬੜਿਆਂ ਦੀ ਗੁੱਡੀ ਖੰਨੇ ਵਾਲਿਆਂ ਚੜ੍ਹਾਈ ਹੈ ਸਾਨੂੰ, ਉਹ ਤਾਂ ਤੀਸਰਾ ਬੰਦਾ ਇੱਕ ਆਟੋਗ੍ਰਾਫ ਲਾਉਣਾ ਚਾਹੁੰਦਾ, ਲੇਕਿਨ ਉਹ ਗਾਮੇ ਸ਼ਹਿਬਾਜ਼ ਦੇ ਪੈਰ ਮਿੱਥ ਕੇ ਆ ਕੇ ਨਿੰਦਰਜੀਤ ਨਿੱਕੂ ਤੋਂ ਲੈਣਾ ਚਾਹੁੰਦਾ। ਤੁਸੀਂ ਕੰਜਰ ਕਿੱਤੇ ਵਾਲੇ ਬੰਦੇ ਆ, ਪੰਜਾਬ ਚ ਜਾਣਦੇ ਹੋਣਗੇ, ਮੈਂ ਹਿੰਦੁਸਤਾਨ ਦਾ ਸਟਾਰ ਰਹੀ। ਤੁਸੀਂ ਵੀ ਬਿਲਕੁਲ ਚੁੱਪ ਹੋ ਗਏ, ਤੁਹਾਡੇ ਤੱਕ ਵੀ ਕੋਈ ਪਹੁੰਚ ਨਹੀਂ ਕਰਦਾ, ਤੁਸੀਂ ਕਿਸੇ ਤੱਕ ਨਹੀਂ ਪਹੁੰਚ ਕਰਦੇ, ਸ਼ਹਿਬਾਜ਼ ਤਾਂ ਅਲੋਪ ਹੀ ਹੋ ਗਿਆ। ਪਹਿਲੇ ਇੱਕ ਇਮੇਜ ਗਾਣੇ ਤੋਂ ਬਾਅਦ ਇਮੇਜ ਇਹੋ ਜਿਹੀ ਬਣਾਤੀ ਵੀ ਦੋਨੇ ਲੜਾਕੇ ਆ, ਬੋਲਦੇ ਵਾਧਾ ਕਿਸੇ ਨੂੰ ਦਿੰਦੇ ਨਹੀਂ, ਅਫਵਾਹਾਂ ਵੀ ਸਾਡੇ ਖਿਲਾਫ ਵੀ, ਅਫਵਾਹਾਂ ਇਹੋ ਜਿਹੀਆਂ ਉੱਡੀਆਂ ਮਾਰਕੀਟ ਦੇ ਵਿੱਚ। ਮੈਂ ਕਾਪੀ ਗਾਮਾ ਬਣਨ ਵਾਸਤੇ ਕਦੇ ਗੀਤ ਲੈ ਕੇ ਨਹੀਂ ਗਿਆ ਕਿਸੇ ਕੋਲ, ਕੋਈ ਦਾਰੂ ਪਿਆਉਂਦਾ ਹੈ, ਕੋਈ ਫੀਮ ਖਵਾਉਂਦਾ ਹੈ, ਕੋਈ ਪਿਆਰ ਜਿਤਾਉਂਦਾ ਹੈ, ਕੋਈ ਪੈਸਾ ਵਿਖਾਉਂਦਾ ਹੈ, ਜ਼ਹਿਰ ਉਨਾ ਹੀ ਚੜ੍ਹਨਾ, ਸੱਪਾਂ ਦਾ ਡੰਗ ਹੀ ਵੱਖੋ ਵੱਖਰਾ, ਗਾਮੇ ਤੋਂ ਗੀਤ ਹੀ ਲੈਣਾ, ਲੈਣ ਦਾ ਢੰਗ ਹੀ ਵੱਖਰਾ। ਚੋਰਾਂ ਤੋਂ ਡਰਦੀ ਨਹੀਂ ਮੈਂ, ਸਾਹਾਂ ਵਿੱਚ ਵੜ ਗਈ, ਉਹ ਵੀ ਨਿਕਲੇ ਠੱਕੁੜੇ, ਮੈਂ ਰੋਵਾਂ ਰੋਵਾਂ ਕਿਹਦੇ ਗੱਲ ਲੱਗ ਪੁੜੇ, ਮੈਂ ਰੋਵਾਂ ਕਿਹਦੇ ਗੱਲ ਲੱਗ। ਜੱਜ ਦਾ ਵਿਚਾਰ। ਸਤਿ ਸ਼੍ਰੀ ਅਕਾਲ ਜੀ, ਪ੍ਰਾਈਮ ਏਸ਼ੀਆ ਟੀਵੀ ਤੇ ਪ੍ਰੋਗਰਾਮ ਚੱਜ ਦਾ ਵਿਚਾਰ ਦੇ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਅਸੀਂ ਲਗਾਤਾਰ ਤੁਹਾਨੂੰ ਬਰਕਰਾਰ ਰੱਖਦੇ ਹੋਏ ਫਿਰ ਤੋਂ ਹਾਜ਼ਰ ਹੋ ਗਏ ਹਾਂ। ਮੈਂ ਹਾਂ ਹਰਬੰਤ ਸਿੰਘ, ਮੇਰੇ ਨਾਲ ਨੇ ਸਵਰਨ ਸਿੰਘ ਟਾਣਾ, ਤੇ ਸਾਡੇ ਦੋਵਾਂ ਦੇ ਨਾਲ ਅੱਜ ਫਿਰ ਤੋਂ ਮੌਜੂਦ ਨੇ ਗਾਮਾ ਬਾਈ ਤੇ ਨਾਲ ਸ਼ਹਿਬਾਜ਼ ਬਾਈ। ਸੋ ਇੱਕ ਵਾਰ ਫਿਰ ਤੋਂ ਤੁਹਾਡਾ ਸਵਾਗਤ ਹੈ ਜੀ। ਸੋ ਬਾਈ ਜੀ, ਮੈਂ ਤੁਹਾਡੇ ਤੋਂ ਇੱਕ ਸਵਾਲ ਪੁੱਛਣਾ ਚਾਹੁੰਦੀ ਹਾਂ ਵੀ ਤੁਹਾਡੀ ਸ਼ੁਰੂਆਤ ਦੇ ਬਾਰੇ ਚ ਮੈਂ ਇੱਕ ਗੱਲ ਸੁਣੀ ਸੀ ਵੀ ਸ਼ਾਇਦ ਉਹ ਵੀ ਇੱਕ ਗੀਤ ਤੋਂ ਕੋਈ ਰੌਲਾ ਰੱਪਾ ਪੈ ਗਿਆ ਸੀ, ਕੋਈ ਕਿੰਤੂ ਹੋਇਆ ਸੀ, ਤੇ ਉਸ ਤੋਂ ਬਾਅਦ ਤੁਹਾਡੀ ਸ਼ੁਰੂਆਤ ਹੋਈ, ਉਹ ਕਹਾਣੀ ਕੀ ਸੀ? ਦਰਅਸਲ ਉਹ ਗੱਲ ਹੈ ਵੀ ਮੈਂ ਜੋ ਲਿਖਦਾ ਉਹਦੇ ਨਾਲ ਕੋਈ ਹੋਰ ਛੇੜਛਾੜ ਕਰੇ ਮੈਨੂੰ ਇਹ ਗੱਲ ਪਸੰਦ ਨਹੀਂ। ਅੱਛਾ ਜੀ। ਜੋ ਲਿਖਤਾ ਉਹੀ ਗਾਉਣਾ ਪੈਂਦਾ ਕਲਾਕਾਰ ਨੂੰ, ਜਿੰਨੇ ਜਣੀ ਮੈਂ, ਜਦੋਂ ਮੇਰੀ ਸਟਾਰਟਿੰਗ ਹੋਈ ਫਾਈਨ ਟੱਚ ਕੰਪਨੀ ਸੀ ਜੀ, ਸਾਰੇ ਕਲਾਕਾਰ ਬੈਠੇ ਸੀ ਉੱਥੇ, ਮੇਰਾ ਇੱਕ ਗਾਣਾ ਸੀ ਰਿਸ਼ਤਾ, ਉਹ ਮੈਂ ਸੁਣਾਉਣਾ ਵੀ ਚਾਹੂੰਗਾ ਜੀ। ਜ਼ਰੂਰ ਜ਼ਰੂਰ। ਵੀ ਇਸ ਧਰਤ ਜਿਹਾ ਉਹ ਸੰਬਰ ਜਿਹਾ, ਕਿਸੇ ਪਹੁੰਚੇ ਪੀਰ ਪੈਗੰਬਰ ਜਿਹਾ, ਜਾਂ ਇਸ ਵਿਸ਼ਾਲ ਬ੍ਰਹਿਮੰਡ ਜਿਹਾ, ਜਾਂ ਸਾਗਰ ਨਾਲੋਂ ਡੰਗੇਰਾ, ਮੈਂ ਚਾਹੁੰਦਾ ਕੋਈ ਐਸਾ ਰਿਸ਼ਤਾ ਹੋਵੇ ਤੇਰਾ ਮੇਰਾ, ਇਸ ਰਿਸ਼ਤੇ ਦੀ ਬੁਨਿਆਦ ਹੋਵੇ ਤਾਂ ਸੱਚਾ ਸੁੱਚਾ ਪਿਆਰ ਹੋਵੇ, ਇਸ ਰਿਸ਼ਤੇ ਦੀ ਬੁਨਿਆਦ ਉੱਤੇ ਸਾਨੂੰ ਰੱਬ ਜਿੱਡਾ ਇਤਬਾਰ ਹੋਵੇ, ਜੋ ਜ਼ਿੰਦਗੀ ਦੇ ਸੰਬੰਧ ਨਾਲੋਂ ਵੀ ਹੋਵੇ ਕਿਤੇ ਲਮੇਰਾ, ਮੈਂ ਚਾਹੁੰਦਾ ਕੋਈ ਐਸਾ ਰਿਸ਼ਤਾ ਹੋਵੇ ਤੇਰਾ ਮੇਰਾ। ਇੱਥੋਂ ਤੱਕ ਠੀਕ ਸੀ, ਰਿਸ਼ਤਾ ਕੈਸਾ ਹੋਵੇ ਇੱਥੇ ਚੱਕਰ ਪੈ ਗਿਆ ਕਿ ਮੈਂ ਇਹ ਅੱਖਾਂ, ਮੈਨੂੰ ਇਹ ਨੀ ਹੱਕ ਤੂੰ ਸੋਹਣੀ ਮੈਂ ਮਹੀਵਾਲ ਹੋਵਾਂ, ਤੇਰਾ ਪਿਆਰ ਮਿਲੇ ਮੈਨੂੰ, ਮੈਂ ਬੇਸ਼ੱਕ ਤੇਰੀ ਉਂਗਲ ਲੱਗਿਆ ਬਾਲ ਬਾਲ, ਜਾਂ ਫਿਰ ਮੇਰੇ ਸੁੰਨੇ ਗੁੱਟ ਤੇ ਹੋਵੇ ਧਾਗੇ ਦਾ ਘੇਰਾ, ਭਲਾ ਮੇਰੀ ਭੈਣ ਹੋਵੇ, ਮੈਂ ਚਾਹੁੰਦਾ ਕੋਈ ਐਸਾ ਰਿਸ਼ਤਾ ਹੋਵੇ ਤੇਰਾ ਮੇਰਾ। ਕੀ ਬਾਤ ਹੈ। ਇੱਥੇ ਕਿੰਤੂ ਪ੍ਰੰਤ ਕਹਿੰਦੇ ਵੀ ਦੋ ਅੰਤਰੇ ਤੱਕ ਠੀਕ ਹੈ, ਪਹਿਲਾ ਅੰਤਰਾ ਸਥਾਈ ਵੀ ਠੀਕ, ਅੰਤਰਾ ਵੀ ਆਹ ਜਿਹੜਾ ਰਿਸ਼ਤਾ ਕੁੜੀ ਮੁੰਡੇ ਵਾਲਾ ਹੀ ਕਰਦੇ ਉਹ, ਰਿਕਾਰਡ ਹੋਵੇ ਮੇਰਾ ਕੋਈ ਗਾਣਾ, ਤੇ ਮੈਂ ਜਵਾਬ ਸਾਰੇ ਉੱਥੇ, ਨਛੱਤਰ ਵੀ ਸੀ, ਅਮਰਿੰਦਰ ਗਿੱਲ ਵੀ ਸੀ, ਗੁਰਮੀਤ ਭਾਜੀ ਵੀ ਸੀ, ਰੂਬੀ ਸੀ, ਕਾਮਾ ਬਾਈ ਸੀ, ਬੁੱਗਾ ਭਾਜੀ ਸੀ, ਵੀ ਏਦੂ ਚੰਗਾ ਤਾਂ ਕੋਈ ਗੀਤ ਮੇਰਾ ਰਿਕਾਰਡ ਨਾ ਹੀ ਹੋਵੇ। ਇਹ ਗਾਣਾ ਨਹੀਂ ਜੀ, ਗਾਣਾ ਉਦੋਂ ਮੁੜ ਕੇ ਚਲੋ ਗਾਣਾ ਪਾਸੇ ਰੱਖਤਾ ਰੂਬੀ ਭਾਜੀ ਨੇ, ਨਛੱਤਰ ਨਾਲ ਸਾਡੀ ਗੱਲ ਹੋਰ ਆ ਗਿਆ, ਗਾਣਾ ਨੈਣਾ ਨਾ ਆ ਗਿਆ, ਉਹਨਾਂ ਨੇ ਹਰੇਕ ਵਾਰੀ ਫਿਰ ਮੈਨੂੰ ਕਹਿਣਾ ਵੀ ਆਪਾਂ ਅਮਰਿੰਦਰ ਦਾ ਕਰਦੇ ਹਾਂ ਵੀ ਉਹ ਲਾਸਟ ਅੰਤਰਾ, ਉਦੋਂ ਬਾਅਦ ਸੱਥਰੀ ਪੈ ਗਈ ਸਾਡੀ, ਮੈਂ ਕਹਿੰਦਾ ਰਿਹਾ ਹਾਂਜੀ ਭਾਜੀ ਕਰ ਦਿੰਦਾ, ਨਾ ਮੈਂ ਕਰਕੇ ਦਿੱਤਾ ਨਾ ਉਹ ਕਹਿਣੋ ਹਟੇ। ਬਸ ਉਹ ਕਹਿੰਦਾ ਨਾ ਵੀ ਸਿਆਣਿਆਂ ਦਾ ਕਹਿਣਾ ਸਿਰ ਮੱਥੇ ਦਾ ਪਰਨਾਲਾ ਫਿਰ ਉੱਥੇ ਦਾ ਉੱਥੇ ਬਸ। ਗਾਮਾ ਜੀ ਇਹ ਦੱਸੋ ਮੈਨੂੰ ਜੀ, ਹਾਂ ਜੀ, ਕਿ ਤੁਹਾਡਾ ਇੱਕ ਨਾ ਗੀਤ ਆਇਆ ਸੀ ਕੁਝ ਸਮਾਂ ਪਹਿਲਾਂ YouTube ਤੇ, ਉਹ ਸੀਗਾ ਸਾਨੂੰ ਪੌੜੀਆਂ ਬਣਾ ਕੇ ਕਈ ਕਮੀਨੇ ਕੰਜਰ ਭੈਣ ਦੇ ਦੀਨੇ ਇੱਕ ਦੋ ਨਹੀਂ ਬੜੇ ਦੇਖੇ ਬੜੇ ਬੈਠੇ ਆ ਬੜੇ ਬੈਠੇ ਆ, ਜਿਹਨੂੰ ਅਸੀਂ ਕਲਾਕਾਰਾਂ ਨੂੰ ਕੰਜਰ, ਭੈਣ ਦੇ ਦੀਨੇ, ਹੋਰ ਬੜਾ ਕੁਛ ਇੰਨੇ ਤੱਤੇ ਸ਼ਬਦ ਵਰਤਾਂਗੇ, ਉਹ ਨਾਲ ਕਿਵੇਂ ਖੜਨਗੇ? ਫਿਰ
ਫੋਟੋਆਂ ਲਾ ਲਾ ਕੇ ਉਹਨਾਂ ਬੰਦਿਆਂ ਦੀਆਂ ਫੋਟੋਆਂ ਵੀ ਨਾਲ ਲਾਤੀਆਂ ਜਿਹੜੇ ਉਸ ਵਕਤ ਵੀ ਨਾਲ ਖੜੇ ਸੀ ਹੁਣ ਵੀ ਖੜੇ ਦਿਮਾਗ ਦੇ ਵਿੱਚ ਸਾਨੂੰ ਪੌੜੀਆਂ ਬਣਾ ਕੇ ਕਈ ਕਮੀਨੇ ਚਵਾਰਿਆਂ ਤੇ ਚੜੇ ਬੈਠੇ ਆ ਸਾਲੇ ਕੰਜਰ ਭੈਣ ਦੇ ਦੀਨੇ ਇੱਕ ਦੋ ਨੀ ਬੜੇ ਬੜੇ ਬੈਠੇ ਔਰ ਮਤਲਬ ਇਹਦੇ ਚ ਮੈਨੂੰ ਸ਼ਬਦ ਨੀ ਹੈ ਇੱਕ ਨੋਟ ਕਰਿਓ ਇਹ ਛੋਟੀਆਂ ਬਰੀਕ ਗੱਲਾਂ ਨੇ ਗੀਤਕਾਰੀ ਦੀਆਂ ਸਾਨੂੰ ਸਾਨੂੰ ਚ ਮਤਲਬ ਸ਼ਹਿਬਾਜ਼ ਤੇ ਮੈਂ ਵੀ ਨੀ ਹੈ ਜਿਹਨੇ ਵੀ ਉਹ ਪਾਇਆ ਉਹਦੇ ਚ ਜਿਸ ਤਰ੍ਹਾਂ ਮਤਲਬ ਗੱਲ ਕਰਦਾ ਬੜਿਆਂ ਦੀ ਪੌੜੀ ਮਖਸੂਸ ਪੂਰੀ ਪਾਈ ਹੈ ਬੜਿਆਂ ਦੀ ਗੁੱਡੀ ਖੰਨੇ ਵਾਲਿਆਂ ਚੜਾਈ ਹੈ ਸਾਨੂੰ ਮੇਰੇ ਖਿਆਲ ਚ ਚੰਗੀ ਤਰ੍ਹਾਂ ਵਾਕਫ ਹੋ ਵੀ ਸ਼ਾਇਦ ਕਦੇ ਵੀ ਨਾ ਗਾਉਂਦੇ ਮਖਸੂਸ ਪੂਰੀ ਸਾਹਿਬ ਇਹ ਗੱਲ ਮੰਨਦੇ ਹੋ ਕਿਤੇ ਨਾ ਕਿਤੇ ਨਹੀਂ ਇਹ ਗਾਣਾ ਤਾਂ ਮੈਂ ਹੀ ਗਾਇਆ ਸੀ ਲੇਕਿਨ ਉਹਦੇ ਚ ਲਾਈਨਾਂ ਸੀਗੀਆਂ ਅੰਤਰੇ ਚ ਬੜਿਆਂ ਦੀ ਪੌੜੀ ਮਖਸੂਸ ਪੂਰੀ ਪਾਈ ਹੈ ਬੜਿਆਂ ਦੀ ਗੁੱਡੀ ਖੰਨੇ ਵਾਲੇ ਨੇ ਚੜਾਈ ਹੈ ਕੀ ਜ਼ਰੂਰਤ ਸੀ ਦਵਿੰਦਰ ਖੰਨੇ ਵਾਲੇ ਨੂੰ ਗਾਉਣ ਦੀ ਕੀ ਜ਼ਰੂਰਤ ਸੀ ਦੇਬੀ ਮਖਸੂਸ ਪੂਰੀ ਨੂੰ ਗਾਉਣ ਦੀ ਕਿਤੇ 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 ਤੁਹਾਡੇ ਮਨ 'ਚ ਆਊਗੀ ਮੇਰੇ ਨਾਲ ਸਹਿਮਤ ਹੋਵੋਗੇ ਇਸ ਗੱਲ 'ਚ ਕੀ ਜ਼ਰੂਰਤ ਸੀ ਰਾਜ ਬਰਾੜ ਐਜ਼ ਏ ਸਿੰਗਰ ਆਉਣਾ ਪਿਆ ਕਿਤੇ ਨਾ ਕਿਤੇ ਹਾਂ ਇਹਦੇ ਪਿੱਛੇ ਜ਼ਰੂਰੀ ਨਹੀਂ ਗਾ ਵੀ ਨਾਲ ਖੜੇ ਹੋ ਜਾਂ ਪੈਸੇ ਦਿੰਦੇ ਹੋ ਜੇ ਵੋ ਇਹਦੇ ਪਿੱਛੇ ਇਹ ਵੀ ਹੈ ਮੇਲਾ ਹੋ ਰਿਹਾ ਇੱਥੇ ਗਾਮਾ ਬੈਠਾ ਹੈ ਸ਼ਹਿਬਾਜ਼ ਬੈਠਾ ਇੱਥੇ ਇੰਦਰਜੀਤ ਨਿੱਕੂ ਬੈਠਾ ਇੱਥੇ ਨਛੱਤਰ ਬੈਠਾ ਕੋਈ ਬੈਠਾ ਜੋ ਵੀ ਇਹ ਵੀ ਸੀ ਜਿੰਨੇ ਵੀ ਆੜੀ ਗਾਉਣ ਵਾਲੇ ਹੈ ਉਹ ਤਾਂ ਤੀਸਰਾ ਬੰਦਾ ਇੱਕ ਆਟੋਗ੍ਰਾਫ ਲਾਉਣਾ ਚਾਹੁੰਦਾ ਲੇਕਿਨ ਉਹ ਗਾਮੇ ਸ਼ਹਿਬਾਜ਼ ਦੇ ਪੈਰ ਮਿੱਧ ਕੇ ਆ ਕੇ ਇੰਦਰਜੀਤ ਨਿੱਕੂ ਤੋਂ ਲੈਣਾ ਚਾਹੁੰਦਾ ਗੁਰਨਾਮ ਗਾਮਾ ਨਿਹਾਲ ਸਿੰਘ ਵਾਲੇ ਕਿਤੇ ਖੜਾ ਇਹਦੇ ਪਿੱਛੇ ਕਿਤੇ ਇਹ ਵੀ ਕੋਈ ਦੁਖਾਂਤ ਕਿਤੇ ਹੈ ਵੀ ਪਤਾ ਕੌਣ ਹੈ ਮੈਂ ਗਾਮਾ ਬਾਈ ਜੀ ਨੇ ਉਹ ਫਲਾਣਾ ਫਲਾਣਾ ਲਿਖਿਆ ਸੀ ਅਚਾਨਕ ਉੱਥੇ ਨਿੱਕੂ ਆ ਗਿਆ ਉਹ ਨਿੱਕੂ ਹੋਏ ਨਿੱਕੂ ਹੋਏ ਨਿੱਕੂ ਹੋਏ ਸ਼ੋਹਰਤ ਜਿਹਨੂੰ ਕਹਿ ਸਕਦੇ ਹਾਂ ਜਾਂ ਸ਼ੋਹਰਤ ਤਾਂ ਪਤਾ ਨਹੀਂ ਕੀ ਹੈ ਇਹ ਮੈਨੂੰ ਨਹੀਂ ਪਤਾ ਵੀ ਇਹ ਵੀ ਕਿਤੇ ਭੁੱਖ ਦੌਲਤ ਦੀ ਵੀ ਕਿਤੇ ਭੁੱਖ ਇਹ ਦੋ ਤਿੰਨੇ ਚਾਰੇ ਚੀਜ਼ਾਂ ਇਕੱਠੀਆਂ ਨੇ ਇਹਨੂੰ ਆਪਾਂ ਕਿਸੇ 'ਤੇ ਬਲੇਮ ਕਰ ਲਈਏ ਜਾਂ ਉਹ ਕਰ ਲਈਏ ਵੀ ਉਹ ਪੈਰ ਮਿੱਤਣ ਵਾਲੇ ਨੂੰ ਇਹ ਨਹੀਂ ਪਤਾ ਵੀ ਹੁਣ ਯਾਰ ਆਹ ਗਾਣਾ ਇੰਦਰਜੀਤ ਨਿੱਕੂ ਦਾ ਗਾਣਾ ਇੱਕ ਗਾਣਾ ਆ ਵੀ ਬਲਕਾਰ ਸਿੱਧੂ ਦਾ ਇੰਨਾ ਤੈਨੂੰ ਪਿਆਰ ਕਰਨਾ ਬਲਕਾਰ ਸਿੱਧੂ ਦਾ ਗਾਣਾ ਨਹੀਂ ਉਹ ਗੁਰਨਾਮ ਗਾਮੇ ਦਾ ਗਾਣਾ ਬਲਕਾਰ ਸਿੱਧੂ ਨੇ ਗਾਇਆ ਪਰ ਬਾਈ ਜੀ ਇੱਥੇ ਮਾਫ ਕਰਨਾ ਮੈਂ ਇੱਕ ਥੋੜੀ ਜਿਹੀ ਕੌੜੀ ਗੱਲ ਕਹਿਣਾ ਚਾਹੁੰਦੀ ਹਾਂ ਪਰ ਇਹ ਦੇਖੋ ਇਹ ਕੋਈ ਇਕੱਲਾ ਤੁਹਾਡੇ ਨਾਲ ਨਹੀਂ ਹੋਇਆ ਤੁਹਾਡੇ ਤੋਂ ਪਹਿਲਾਂ ਵੀ ਕਈ ਗੀਤਕਾਰਾਂ ਦਾ ਇਹੀ ਬਲੇਮ ਆ ਕਿ ਸਾਨੂੰ ਪਿੱਛੇ ਪੈਰ ਮਿੱਧ ਕੇ ਤੇ ਗਾਇਕਾਂ ਨੂੰ ਮੋਹਰੇ ਕੀਤਾ ਗਿਆ ਹਨਾ ਔਰ ਹੁਣ ਵੀ ਬਹੁਤ ਸਾਰੇ ਗੀਤਕਾਰ ਇਹ ਹਮੇਸ਼ਾ ਕਰਦੇ ਨੇ ਬਲੇਮ ਹਨਾ ਪਰ ਤੁਸੀਂ ਫਿਰ ਗੀਤਕਾਰੀ ਹੀ ਕਿਉਂ ਚੁਣੇ ਤੁਸੀਂ ਗਾਇਕ ਕਿਉਂ ਨਹੀਂ ਬਣੇ ਨਹੀਂ ਨਹੀਂ ਇਹ ਜ਼ਰੂਰੀ ਨਹੀਂ ਜੀ ਇਹ ਜ਼ਰੂਰੀ ਨਹੀਂ ਇਹ ਸਤਿਗੁਰ ਦੀ ਦੇਣ ਹੈ ਸੱਚੇ ਪਾਤਸ਼ਾਹ ਦੀ ਦੇਣ ਹੈ ਜੀ ਹਾਂ ਇੱਕ ਗੀਤਕਾਰ ਦੇ ਅੰਦਰ ਗਾਇਕ ਜ਼ਰੂਰ ਹੁੰਦਾ ਹੈ ਚਾਹੇ ਉਹ ਗੂੰਗਾ ਹੋਵੇ ਉਹਦੇ ਅੰਦਰ ਕੁਛ ਹੁੰਦਾ ਹੈ ਲੇਕਿਨ ਜਿਹੜੀ ਸੁਰ ਦੀ ਗੱਲ ਹੈ ਇਹ ਇੱਕ ਇਬਾਦਤ ਦੀ ਗੱਲ ਹੈ ਇਹ ਬਖਸ਼ਿਸ਼ ਉਹਦੀ ਹੈ ਗੀਤਕਾਰੀ ਵੀ ਉਹਦੀ ਕੋਈ ਬਖਸ਼ਿਸ਼ ਹੈ ਸਾਰਾ ਕੁਛ ਇਹ ਬਖਸ਼ਿਸ਼ ਤਾਂ ਉਹਦੀ ਹੈ ਲੇਕਿਨ ਇੱਕ ਸੁਰੀਲੀ ਆਵਾਜ਼ ਹੋਣੀ ਇਹ ਇਹ ਮਾਲਕ ਦੀ ਉਹ ਹੈ ਹਾਂ ਲੇਕਿਨ ਮੈਂ ਜਿਵੇਂ ਮੈਨੂੰ ਵਿਜੇ ਧੰਮੀ ਜੀ ਸਨਮਾਨ ਬੜੇ ਹੋਏ ਨੇ ਉਹ ਜਦੋਂ ਮੈਨੂੰ ਪਹਿਲੀ ਵਾਰੀ ਮਿਲੇ ਕਿਤੇ 2002-3 ਚ ਤੇ ਰਾਣਾ ਗੁਰਜੀਤ ਜੀ ਉਹ ਜਿਹੜੇ ਜਲੰਧਰ ਤੁਹਾਡੇ ਉੱਥੇ ਉਹਨਾਂ ਦੀ ਕੋਠੀ 'ਚ ਉਹਨਾਂ ਨੂੰ ਅਚਾਨਕ ਪਤਾ ਲੱਗਿਆ ਗਾਮਾ ਅਤੇ ਉਹਨਾਂ ਇਸ ਤਰ੍ਹਾਂ ਬੁਖਲਾ ਕੇ ਜਿਸ ਤਰ੍ਹਾਂ ਵੀ ਉਹ ਭੱਜ ਕੇ ਪਟੂਆ ਮੇਰਾ ਕਿੱਥੇ ਕੱਢ ਕੇ ਲੈ ਕੇ ਉਹ ਸਭ ਤੋਂ ਵੱਡਾ ਸਨਮਾਨ ਸੀ ਵੀ ਉਹਨਾਂ ਨੇ 11 ਨੋਟ ਕੱਢੇ ਮੇਰੇ ਪਾਪਾ ਜੀ ਦੇ ਸਾਹਮਣੇ ਬਾਪੂ ਦੇ ਸਾਹਮਣੇ ਅਤੇ ਉਹ ਮੈਂ ਅੱਜ ਵੀ ਸਾਂਭ ਕੇ ਰੱਖੇ ਹੋਏ ਨੇ ਉਹਨਾਂ ਨੇ ਉਹ ਸਨਮਾਨ ਵੀ ਤੇਰਾ ਕਾਫੀ ਇਹਦੀ ਖੱਟੀ ਖਾਣ ਵਾਲਾ ਬੰਦਾ ਸਾਥੋਂ ਬਾਅਦ ਸਾਨੂੰ ਇਹ ਲੱਗਿਆ ਅਤੇ ਮੇਰੀ ਪਰਸਨੈਲਿਟੀ ਜਿਹੜੀ ਸੀ ਉਹਨਾਂ ਦਿਨਾਂ 'ਚ ਕੋਈ ਸਿਹਤ ਕੁਛ ਹੋਰ ਤਰ੍ਹਾਂ ਦਾ ਸੀ ਨਾ ਕਬੱਡੀ ਕਰਕੇ ਵੀ ਅਤੇ ਮੈਨੂੰ ਕਹਿੰਦੇ ਗਾਮਿਆਂ ਵੀ ਮੈਂ ਚਾਹੂੰਗਾ ਅੱਜ ਕੱਲ੍ਹ ਦਾ ਜਿਹੜਾ ਗਾਉਣਾ ਕੰਪਿਊਟਰਾਈਜ਼ ਜੇ ਉਹ ਵੀ
ਇਹ ਨਾ ਹੋਵੇ ਤੂੰ ਫਿਰ ਲੇਟ ਹੋ ਜਾਏ ਮੇਰੇ ਵਾਂਗੂ ਮੇਰੇ ਵਾਂਗੂ ਦੇਖੋ ਤੁਸੀਂ ਉਹਨਾਂ ਨੂੰ ਕੀ ਜ਼ਰੂਰਤ ਪਈ ਆਉਣ ਦੀ ਫਿਰ ਕਿਵੇਂ 10 ਸਾਲ ਲੇਟ ਹੋ ਗਿਆ ਅਤੇ ਸੱਚੀ ਜਿੱਦੇ ਗਾਣਾ ਆਇਆ ਜਾਂ ਜਿੱਦੇ ਪਖੰਡ ਕੈਸਟ ਆਈ ਉਹਦੇ ਮੈਂ ਉਹਨਾਂ ਨੂੰ ਯਾਦ ਕਰਿਆ ਅਤੇ ਮੈਂ ਮਨ 'ਚ ਸੋਚਿਆ ਵੀ ਯਾਰ ਮੈਂ ਬਾਕੀ 10 ਸਾਲ ਲੇਟ ਹੋ ਗਿਆ ਉਹਨਾਂ ਨੇ ਮੈਨੂੰ ਕਿਹਾ ਸੀ ਹਰਮਨ ਜੀ ਤੁਹਾਡੇ ਵਾਲੀ ਗੱਲ ਵੀ ਤੁਹਾਨੂੰ ਗਾਉਣ ਵਾਲੇ ਪਾਸੇ ਹੋ ਜਾਣਾ ਚਾਹੀਦਾ ਗੀਤਕਾਰੀ ਛੱਡ ਦੇ ਅਤੇ ਅੱਜ ਵੀ ਜਿਹੜੇ ਨਵੇਂ ਮੁੰਡੇ ਮੇਰੇ ਕੋਲ ਆਉਂਦੇ ਨੇ ਚਾਹੇ ਉਹ ਕੋਈ ਗੱਲ ਕਰਾ ਦਿੰਦਾ ਕਿਸੇ ਨਵੇਂ ਗੀਤਕਾਰ ਜਿਹੜੇ ਅੱਜ ਕੱਲ੍ਹ ਦੇ ਨੇ ਅਤੇ ਮੈਂ ਸਭ ਨੂੰ ਇਹੀ ਕਹਿੰਦਾ ਹੁੰਦਾ ਵੀ ਆਪੇ ਲਿਖੋ ਯਾਰ ਆਪੇ ਗਾਓ ਵੀ ਇਸ ਪਾਸੇ ਨਾ ਹੀ ਪਵੋ ਤਾਂ ਚੰਗੀ ਗੱਲ ਹੈ ਇੱਕ ਮੈਂ ਹੋਰ ਬੜੀ ਪਤਾ ਨਹੀਂ ਹੱਸ ਹੋਣੀ ਹੈ ਜਾਂ ਕਿਸ ਤਰ੍ਹਾਂ ਦੀ ਗੱਲ ਆ ਵੀ ਜੀ ਤੋਂ ਕੋਈ ਬਹੁਤ ਬਦਲਾ ਲੈਣਾ ਕਦੇ ਕਦੇ ਘਰ ਵਾਲੀ ਕਹਿੰਦੀ ਹੁਣ ਤੇ ਕੀ ਭਰਾ ਫੀਸ ਦੀ ਥਾਂ ਤੇ ਕਾਪੀ ਦੇ ਆਵਾਂ ਦੇ ਆ ਭਗਵਾਨ ਨੇ ਕਾਪੀ ਦੇ ਆ ਹਾਂ ਕਈ ਬੜੇ ਅੱਛੇ ਨੇ ਇੱਥੇ ਸਾਡੇ ਡਾਕਟਰ ਸਾਹਿਬ ਨੇ 2011 ਤੋਂ ਮੈਂ ਬਿਮਾਰ ਹਾਂ ਜਾਂਦਾ ਬਾਈ ਟਾਣਾ ਸਾਹਿਬ ਉਹਨਾਂ ਨੇ ਕਦੇ ਸਾਡੇ ਦੀਪ ਹਸਪੀਟਲ ਨੇ ਤੇ ਹਰਗੁਰੂ ਪ੍ਰਤਾਪ ਜੀ ਬਾਰੇ ਕਹਿ ਰਹੇ ਨੇ ਕਦੇ ਮਤਲਬ ਉਹਨਾਂ ਨੇ ਪੈਸਾ ਨਹੀਂ ਦਿੱਤਾ ਬਾਈ ਜੀ ਇੱਕ ਦੱਸੋ ਵੀ ਜਦੋਂ ਉਹ ਗਾਣਾ ਪੈ ਗਿਆ YouTube ਦੇ ਉੱਤੇ ਤੁਸੀਂ ਕਹਿੰਦੇ ਆ ਵੀ ਅਸੀਂ ਨਹੀਂ ਵੀਡੀਓ ਬਣਾਈ ਵੀਡੀਓ ਨਹੀਂ ਉਹ ਕਿਸੇ ਨੇ ਤਸਵੀਰਾਂ ਲਾ ਕੇ ਪਾਤੀ ਹਾਂਜੀ ਪਰ ਚਲੋ ਤੁਸੀਂ ਪਾਈ ਜਾਂ ਕਿਸੇ ਨੇ ਪਾਤੀ ਉਹ ਬਾਅਦ ਦੀ ਗੱਲ ਆ ਜਦੋਂ ਉਹ ਵੀਡੀਓ ਪੈ ਗਈ ਉਸ ਤੋਂ ਬਾਅਦ ਤੁਹਾਡੇ ਕਈ ਗਾਇਕਾਂ ਦੇ ਨਾਲ ਰਿਸ਼ਤੇ ਖਰਾਬ ਹੋਏ ਕਿ ਨਹੀਂ ਪਹਿਲਾਂ ਵੀ ਇਸ ਤਰ੍ਹਾਂ ਦੇ ਸੀ ਉਹ ਜਿਹੜੀ ਗੱਲ ਸੀ ਨਾ ਅਸਲੀ ਉਹ ਹੁਣ ਮੈਨੂੰ ਯਾਦ ਰਹੀ ਹੈ ਵੀ ਮੈਂ ਕੁਛ ਕਹਿਣਾ ਚਾਹੁੰਦਾ ਕਹਿਣਾ ਇਹ ਚਾਹੁੰਦਾ ਸੀ ਵੀ ਇਹ ਸ਼ੁਰੂ ਤੋਂ ਇੱਕ ਜਿਹੜਾ ਕਬੱਡੀ ਵਾਲਾ ਕੰਮ ਆ ਸੀ ਬਾਈ ਟਹਿਣੇ ਵੀ ਜਿਹੜਾ ਕਬੱਡੀ ਵਾਲਾ ਆਲ ਇੰਡੀਆ ਯੂਨੀਵਰਸਿਟੀ ਗੋਲਡ ਮਤਲਬ ਹਿੰਦੁਸਤਾਨ ਜਿੱਤਣ ਵਾਸਤੇ ਦੇਖ ਲਓ ਕਿੱਡੇ ਕਿੱਡੇ ਜੰਗ ਅਤੇ ਕਿੱਡੀਆਂ ਕਿੱਡੀਆਂ ਨਾ ਮੁਗਲਾਂ ਨੇ ਇਹ ਦਿੱਲੀ ਜਿੱਤਣ ਲਈ ਅਤੇ ਉਹ ਉਹਦੇ 'ਚ ਹੰਕਾਰ ਨਹੀਂ ਮਾਣ ਸੀ ਬਹੁਤ ਮੈਂ ਹਿੰਦੁਸਤਾਨ ਦਾ ਗੋਲਡ ਮੈਡਲ ਹੈ 2 ਵਾਰੀ ਤੁਸੀਂ ਕੰਜਰ ਕਿੱਤੇ ਵਾਲੇ ਬੰਦੇ ਆ ਪੰਜਾਬ 'ਚ ਜਾਣਦੇ ਹੋਣਗੇ ਮੈਂ ਹਿੰਦੁਸਤਾਨ ਦਾ ਸਟਾਰ ਰਿਹਾ ਇੱਕ ਅੰਦਰ ਮਾਣ ਜਾਂ ਹੰਕਾਰ ਇਹਨੂੰ ਕੋਈ ਵੀ ਸ਼ਬਦ ਕਹਿ ਲਓ ਅੰਦਰ ਇਹ ਵੀ ਸੀ ਨਾਲ ਕਿਤੇ ਚੱਲਦਾ ਅਤੇ ਇਹਦੇ ਲਈ ਮੈਂ ਇਹਨਾਂ ਨੂੰ ਬੋਲੀ ਪਰਫੋਰਮ ਮਤਲਬ ਜਿਹੜੀ ਗੀਤਕਾਰਾਂ 'ਚ ਹੁੰਦੀ ਹੈ ਨਾ ਵੀ ਗਾਇਕ ਜੀ ਮਿਲੇ ਨੇ ਵੀ ਸਤਿ ਸ਼੍ਰੀ ਅਕਾਲ ਬਾਈ ਫੋਟੋ ਖਿਚਾ ਲਓ ਐਂ ਕਰ ਲਓ ਮੈਂ ਇਹਨਾਂ ਨੂੰ ਸ਼ੁਰੂ ਤੋਂ ਦਿੱਤੋ ਹੀ ਨਹੀਂ ਇਹ ਜ਼ਿਆਦਾ ਬਹੁਤ ਜ਼ਿਆਦਾ ਜਿਹੜਾ ਜਦ ਕਿ ਮੇਰੀ ਗਲਤੀ ਕਹਿ ਲੋ ਜਾਂ ਮੇਰਾ ਹੰਕਾਰ ਕਹਿ ਲੋ ਮਾਣ ਕਹਿ ਲੋ ਚਲੋ ਪਰੇ ਅੱਗੇ 20 ਨੱਚਦੇ ਫਿਰਦੇ ਨਚਾਰ ਇੱਥੇ ਮੈਂ ਬਾਦਸ਼ਾਹ ਰਿਹਾ ਮੈਂ ਨੱਚਿਆ ਵੀ ਹਾਂ ਤਾਂ ਨੰਗਾ ਹੋ ਕੇ ਕੱਛਾ ਪਾ ਕੇ ਗਰਾਊਂਡਾਂ 'ਚ ਤੁਸੀਂ ਸਟੇਜਾਂ 'ਤੇ ਨੱਚਣ ਵਾਲੇ ਬੰਦੇ ਅੰਦਰ ਕਿਤੇ ਉਹ ਵੀ ਸੀ ਅਤੇ ਜਿਹੜਾ ਜਦੋਂ ਪੀਣ ਪੂਣੀ ਲੱਗ ਗਏ ਖਾਣ ਪੀਣ ਲੱਗ ਗਏ ਫਿਰ ਉਹ ਪੀਤੀ 'ਚ ਨਿਕਲ ਵੀ ਆਉਣਾ ਕਈਆਂ ਦੇ ਮੂੰਹ 'ਤੇ ਨਿਕਲ ਆਉਣਾ ਅਤੇ ਕਈਆਂ ਦੇ ਪਿੱਠ ਪਿੱਛੇ ਨਿਕਲਣਾ ਚਾਹੇ ਕਈਆਂ ਦੇ ਗੀਤ ਰਾਹੀਂ ਨਿਕਲ ਆਉਣਾ ਮਤਲਬ ਇਹ ਵੀ ਕਿਤੇ ਇਹਨੂੰ ਬਲੇਮ ਤੁਸੀਂ ਮੇਰੇ 'ਤੇ ਵੀ ਲਾ ਸਕਦੇ ਹੋ ਮੇਰੇ ਅੰਦਰਲਾ ਹੰਕਾਰੀ ਰਾਵਣ ਵੀ ਕਹਿ ਸਕਦੇ ਹੋ ਮੇਰਾ ਅੰਦਰਲਾ ਮਾਣ ਵੀ ਕਹਿ ਸਕਦੇ ਹਾਂ ਵੀ ਕੁਛ ਵੀ ਲੇਕਿਨ ਮੈਂ ਮਾਣ ਕਰਨ ਵਾਲਾ ਹੁੰਦਾ ਜਾਂ ਹੰਕਾਰ ਕਰਨ ਵਾਲਾ ਹੁੰਦਾ ਸੋਰੀ ਮਾਣ ਗੱਲ ਹੋਰ ਹੈ ਹੰਕਾਰ ਹੋਰ ਹੈ ਅਤੇ ਮੈਂ ਸ਼ਾਇਦ ਇੰਨੇ ਗੀਤ ਰਿਕਾਰਡ ਹੋਣ ਦੇ ਬਾਵਜੂਦ ਵੀ ਇਸ ਤਰ੍ਹਾਂ ਦਾ ਨਾ ਹੁੰਦਾ ਬਾਈ ਜੀ ਤੁਹਾਨੂੰ ਵੱਧ ਤੋਂ ਵੱਧ ਸ਼ਹਿਬਾਜ਼ ਜੀ ਇੱਕ ਗੀਤ ਦਾ ਕਿੰਨਾ ਮਿਹਨਤ ਕੰਪਨੀ ਦੇ ਵੱਲੋਂ ਜਾਂ ਕਲਾਕਾਰ ਦੇ ਵੱਲੋਂ ਅੱਜ ਤੱਕ ਮਿਲਿਆ ਹੋਊਗਾ ਕੰਪਨੀ ਵੱਲੋਂ ਤਾਂ ਬਹੁਤ ਥੋੜ੍ਹੀ ਅਮਾਊਂਟ ਤੋਂ ਸਟਾਰਟ ਹੋਇਆ ਸੀਗਾ ਜੀ ਮੈਂ ਚਲੋ 5,000 ਰੁਪਈਆ ਇੱਕ ਗਾਣੇ ਦਾ ਸਾਡੀ ਗੱਲ ਹੋਰ ਅਤੇ ਕਰਦਾ ਕਰਦਾ 21,000, 31,000, 52,000 ਤੱਕ ਮੈਂ ਲਿਆ ਜੀ ਜਿਹੜਾ 51,000 ਵਾਲਾ ਗਾਣਾ ਉਹ ਕਿਹੜਾ ਉਹ ਗਾਣੇ ਹਲੇ ਆ ਰਹੇ ਨੇ ਜੀ ਅੱਛਾ ਆ ਰਹੇ ਅਤੇ 5,000 ਵਾਲਾ ਕਿਹੜਾ ਸੀ ਤਕਰੀਬਨ 5 ਵਾਲੇ ਤਾਂ ਕਾਫੀ ਹੈ ਜੀ ਸਾਡੀ ਗੱਲ ਹੋਰ ਨਿਆਣਾ ਨਾਮ ਲਾ ਲਈ ਉਦੋਂ ਤਾਂ 5,000 ਵੀ ਬਾਈ ਜੀ ਬਹੁਤ ਲੱਗਦਾ ਹੋਣਾ ਵੀ ਲੈ ਆਪਣੇ ਸਾਨੂੰ ਤਾਂ ਬਹੁਤ ਲੱਗਦਾ ਸੀ ਵੈਸੇ ਵੀ ਜਿਹੜੀ ਮਿਹਨਤ ਦੀ ਪਹਿਲੀ ਕਮਾਈ ਹੁੰਦੀ ਹੈ ਹਾਂਜੀ ਹਾਂਜੀ ਉਹ ਲਿਆ ਕੇ ਬਾਪੂ ਨੂੰ ਫੜਾਏ ਪਹਿਲੀ ਵਾਰੀ ਚਲੋ ਇਹ ਤਾਂ ਬਾਈ ਜੀ ਹੋ ਗਏ ਬਿਮਾਰ ਹਾਂਜੀ ਤਾਂ ਇਸ ਕਿੱਤੇ ਦੇ ਨਾਲ ਥੋੜਾ ਜਿਹਾ ਟੁੱਟ ਗਏ ਹਾਂਜੀ ਜਾਂ ਕਲਾਕਾਰ ਭਾਈਚਾਰੇ ਤੋਂ ਦੂਰ ਹੋ ਗਏ ਵੱਖ ਵੱਖ ਕਾਰਨ ਉਹ ਗਾਣੇ ਕਰਕੇ ਤੁਸੀਂ ਵੀ ਬਿਲਕੁਲ ਚੁੱਪ ਹੋ ਗਏ ਤੁਹਾਡੇ ਤੱਕ ਵੀ ਕੋਈ ਪਹੁੰਚ ਨਹੀਂ ਕਰਦਾ ਤੁਸੀਂ ਕਿਸੇ ਤੱਕ ਨਹੀਂ ਪਹੁੰਚ ਕਰਦੇ ਸ਼ਹਿਬਾਜ਼ ਤਾਂ ਅਲੋਪ ਹੀ ਹੋ ਗਿਆ
ਇਹ ਉਹ ਤੁਹਾਡਾ ਪਹਿਲਾ ਸਵਾਲ ਵੀ ਜਦੋਂ ਇੱਕ ਵਾਰ ਤਾਂ ਮੇਰੀ ਵੈਸੀ ਆਦਤ ਨਹੀਂ ਮੈਂ ਗਾਣਾ ਲੈ ਕੇ ਕਿਸੇ ਕੋਲ ਗਿਆ ਨਹੀਂ ਨਾ ਹੀ ਤੇਰਾ ਵੱਡਾ ਬਾਈ ਨਾ ਹੀ ਇਹ ਗਏ ਆ ਅਸੀਂ ਗਾਣੇ ਲੈ ਕੇ ਨਹੀਂ ਗਏ ਇਸ ਗੱਲ ਦਾ ਵੀ ਮਾਣ ਮੈਂ ਕਾਪੀ ਗਾਮਾ ਬਣਨ ਵਾਸਤੇ ਕਦੇ ਗੀਤ ਲੈ ਕੇ ਨਹੀਂ ਗਿਆ ਕਿਸੇ ਕੋਲ ਤੇ ਜਿਹੜਾ ਆਇਆ ਮੈਂ ਉਹਨੂੰ ਮੋੜਿਆ ਨਹੀਂ ਚਾਹੇ ਉਹ ਕੋਈ ਵੀ ਹੈ ਕੀ ਗੱਲ ਮਤਲਬ ਵੀ ਅੱਜ ਬੜੇ ਸਿੰਗਰ ਹੈ ਜਿਹਨਾਂ ਨੇ ਗਾਣਾ ਨਹੀਂ ਗਾਇਆ ਉਹਦਾ ਕਾਰਨ ਸਿਰਫ ਇਹ ਮੈਂ ਕਦੇ ਗੀਤ ਦੇਣ ਗਿਆ ਹੀ ਨਹੀਂ ਕਿਉਂਕਿ ਜਦੋਂ ਵੀ ਮੈਂ ਗੀਤ ਦੇਣ ਗਿਆ ਸੀ ਮਾਣੇ ਵਾਲੇ ਜਦੋਂ ਇੱਥੋਂ ਗਏ ਹਾਂ ਇੱਕ ਦੋ ਬੰਦਿਆਂ ਕੋਲ ਜਿਹਨਾਂ ਤੋਂ ਪ੍ਰਭਾਵਿਤ ਸੀ ਉਹਨਾਂ ਨੇ ਇਸ ਤਰ੍ਹਾਂ ਦਾ ਦਿਲ ਤੋੜਿਆ ਕਿਉਂਕਿ ਗੀਤ ਆਪਦਾ ਵੀ ਨਹੀਂ ਹੁੰਦਾ ਸੀ ਕਦੇ ਭਲਵਾਨ ਜੀ ਨੂੰ ਵੀ ਪੁੱਛਿਓ ਬਾਈ ਨੂੰ ਵੀ ਜੇ ਮੈਂ ਕਦੇ ਕਹਿਣਾ ਵੀ ਤਾਂ ਇਹ ਕਹਿਣਾ ਵੀ ਬਾਈ ਇੱਕ ਮੇਰਾ ਦੋਸਤ ਹੈ ਗੀਤ ਲਿਖਦਾ ਕਬੱਡੀ ਵੇਲੇ ਅਸੀਂ ਉਹ ਵੀ ਕਬੱਡੀ ਖੇਡਦੇ ਸੀ ਮੈਂ ਵੀ ਅਤੇ ਉਹਨਾਂ ਨੇ ਵੀ ਕਹਿਣਾ ਵੀ ਸ਼ਾਇਦ ਬਾਈ ਤੁਸੀਂ ਬਲਕਾਰ ਨੂੰ ਜਾਣਦੇ ਹੋ ਕਿ ਮੇਰਾ ਦੋਸਤ ਗੀਤ ਲਿਖਦਾ ਮੈਂ ਕਦੇ ਇਹ ਨਾ ਕਹਿੰਦਾ ਵੀ ਮੈਂ ਗੀਤ ਲਿਖਦਾ ਅਤੇ ਉਹ ਜਿਹਨਾਂ ਕੋਲ ਮੈਂ ਕਿਤੋਂ ਕੋਲ ਗਿਆ ਸੀਗਾ ਮਾਛੀ ਬੜੇ ਰਹਿੰਦਾ ਉਹਨਾਂ ਨੇ ਇਹੋ ਜਿਹਾ ਮਨ ਫਿੱਕਾ ਪਾਇਆ ਸ਼ੁਰੂ ਤੋਂ ਮੈਂ ਕਦੇ ਗੀਤ ਲੈ ਕੇ ਨਹੀਂ ਗਿਆ ਅੱਜ ਮੈਂ ਇਸ ਕਰਕੇ ਵੀ ਸਟੈਂਡ ਲੈਂਦਾ ਵਾਂ ਕੰਜਰ ਕਹਿ ਦਿੰਦਾ ਵਾਂ ਕਿਉਂਕਿ ਮੈਂ ਗਾਮਾ ਬਣਨ ਵਾਸਤੇ ਕਿਸੇ ਕੋਲ ਨਹੀਂ ਗਿਆ ਮੇਰੇ ਕੋਲ ਆਏ ਨੇ ਜਿਹੜੇ ਵੀ ਆਏ ਹਾਂ ਇਹਦਾ ਵੀ ਮੈਨੂੰ ਮਾਣ ਹੈ ਸੰਬੰਧ ਖਰਾਬ ਹੋਣ ਵਾਲੀ ਗੱਲ ਹੈ ਪਹਿਲੇ ਇੱਕ ਮੇਜ ਗਾਣੇ ਤੋਂ ਬਾਅਦ ਮੇਜ ਇਹੋ ਜਿਹੀ ਬਣਾਤੀ ਵੀ ਦੋਨੇ ਲੜਾਕੇ ਆ ਬੋਲਦੇ ਵੱਧ ਆ ਕਿਸੇ ਦਿੰਦੇ ਨੀ ਅਫਵਾਹਾਂ ਵੀ ਸਾਡੇ ਖਿਲਾਫ਼ ਵੀ ਅਫਵਾਹਾਂ ਇਹੋ ਜਿਹੀਆਂ ਉੱਡੀਆਂ ਮਾਰਕੀਟ ਦੇ ਵਿੱਚ ਤੇ ਦੂਜਾ ਦੰਦਾ ਸੀ ਦਿੱਤਾ ਵੀ ਅਸੀਂ ਪਹੁੰਚ ਆਪ ਨਹੀਂ ਕਰੀ ਕਦੇ ਬਸ ਇਹ ਗੈਪ ਗੁਮਨਾਮੀ ਦਾ ਕਾਰਨ ਇਹ ਬਣ ਗਿਆ ਪਰ ਕੋਈ ਨਾ ਆਵਾਂਗੇ ਇਸ ਵਕਫੇ ਦੇ ਵਿੱਚ ਜਿਹਨੂੰ ਤੁਸੀਂ ਗੈਪ ਕਹਿੰਦੇ ਹੋ ਹਾਂਜੀ ਇਹਦੇ ਵਿੱਚ ਬਹੁਤ ਸਾਰੇ ਹੋਰ ਗੀਤਕਾਰ ਆਏ ਹਾਂਜੀ ਬਹੁਤ ਸਾਰਿਆਂ ਨੇ ਸਥਾਪਤੀ ਖੱਟ ਲਈ ਕਦੇ ਇਉਂ ਨਹੀਂ ਲੱਗਦਾ ਵੀ ਹੁਣ ਪੈਂਡਾ ਹੋਰ ਫਿਰ ਦੂਰ ਹੋ ਗਿਆ ਨਹੀਂ ਮੈਂ ਇਸ ਗੱਲ ਦਾ ਜਵਾਬ ਮੈਂ ਦੇਵਾਂਗਾ ਇਹ ਥੋੜ੍ਹੇ ਸਮੇਂ ਬਾਅਦ 10 ਸਾਲ ਬਾਅਦ 5 ਸਾਲ ਬਾਅਦ ਕਿਉਂਕਿ ਨਵੀਂ ਜਿਹੜੀ ਜਨਰੇਸ਼ਨ ਆਉਣੀ ਹੈ ਅਤੇ ਇਹ ਬਦਲਦਾ ਰਹਿਣਾ ਹੁੰਦਾ ਇਹ ਮਾਹੌਲ ਵੀ ਕੱਲ੍ਹ ਦਾ ਸੱਭਿਆਚਾਰ ਕੱਲ੍ਹ ਹੋਰ ਸੀ ਟੱਲੀਆਂ ਵਾਲਾ ਸੀ ਫਿਰ ਬਈਆਂ ਵਾਲਾ ਹੋ ਗਿਆ ਅੱਜ ਮੋਬਾਈਲਾਂ ਵਾਲਾ ਸੱਭਿਆਚਾਰ ਸੱਭਿਆਚਾਰ ਕਿਸੇ ਵਿਸ਼ੇਸ਼ ਵਸਤੂ ਦਾ ਤਾਂ ਹੈ ਨਹੀਂ ਗਾ ਜ਼ਰੂਰੀ ਹੈ ਹਾਂ ਲੇਕਿਨ ਇੱਥੋਂ ਤੱਕ ਨਾ ਗਿਰੋ ਯਾਰ ਵੀ ਹੈਂਗ ਹੋ ਗਿਆ ਤੂੰ ਚਿੱਪ ਅਰਗੀ ਮੈਮ ਤੂੰ ਬੈਂਟਰੀ ਅਰਗੀ ਹੈਂ ਤੂੰ ਬੈਂਟਰੀ ਵਾਈਬ੍ਰੇਸ਼ਨ 'ਤੇ ਹਾਂ ਮੈਂ ਵਾਈਬ੍ਰੇਸ਼ਨ 'ਤੇ ਲੱਗ ਗਿਆ ਤੇਰੇ ਪਿੱਛੇ ਐਂ ਹੋ ਗਿਆ ਇਹ ਨਹੀਂ ਕਿਉਂਕਿ ਮੈਂ ਜੇ ਉਹਨਾਂ ਦਿਨਾਂ 'ਚ ਮੰਨ ਲਓ ਬੀ ਏ ਕਰੀ ਹੈ 94-5 'ਚ ਇਹਨਾਂ ਸ਼ਬਦਾਂ ਦਾ ਮੈਨੂੰ ਵੀ ਪਤਾ ਮੇਰੇ ਜਿਹੜੇ ਮੁੰਡੇ ਨੇ ਆਪਣੇ ਵੱਲੋਂ ਚੇਲੇ ਬਾਲਕੇ ਨੇ ਜਾਂ ਛੋਟੇ ਬੱਚੇ ਨੇ ਬਾਈ ਜੀ ਗਾਣਾ ਲਿਖੋਗਾ ਫਿਰ ਉਹਦੇ 'ਚ ਵੀ ਜੇ ਲਿਖਿਆ ਤਾਂ ਇੱਕ ਮਜ਼ਾ ਦਿੱਤਾ ਵੀ ਜੇ ਜੱਟੀ ਮਿਲੀ ਜੀਵ ਵਾਲੇ ਸਿੰਮੜ ਗਈ ਉਹਦਾ ਖਰਚਾ ਹੀ ਨਹੀਂ ਕੋਈ ਗਾਣਾ ਹਿੱਟ ਵੀ ਹੋਇਆ ਸੁਪਰ ਡੁਪਰ ਹਿੱਟ ਗਾਣਾ ਹੋਇਆ ਇਹ ਗਾਮੇ ਨੇ ਗਾਣਾ ਲਿਖਿਆ ਲੇਕਿਨ ਸੁਪਰ ਹਿੱਟ ਹੋਇਆ ਰੇਸ਼ਮ ਅਨਮੋਲ ਰੇਸ਼ਮ ਅਨਮੋਲ ਜੱਟੀ ਮਿਲੀ ਜੀਓ ਵਾਲੇ ਸਿੰਮੜ ਖਰਚਾ ਹੀ ਨਹੀਂ ਕੋਈ ਨਾ ਪਾਰਲਰ ਜਾਵੇ ਨਾ ਉਹ ਮਤਲਬ ਇੱਦਾਂ ਦੀ ਕੋਈ ਉਹਦੇ 'ਚ ਸਾਰਾ ਮੈਸੇਜ ਆ ਵੀ ਉਹਦੇ 'ਚ ਬੋਲ ਕੇ ਸੁਣਾਇਓ ਨਾ ਪਾਰਲਰ ਜਾਵੇ ਨਾ ਉਹ ਟੋਰ ਛੋਰ ਲਾਵੇ ਆਂਟੇ ਗਵਾਂਢ ਦੇ ਕੰਮ ਤੋਂ ਬਿਨਾਂ ਉਹ ਹੋਰ ਚਰਚਾ ਹੀ ਨਹੀਂ ਕੋਈ ਜੱਟੀ ਵੀ ਜੀਓ ਵਾਲੇ ਸਿੰਮੜ ਗਈ ਜੀ ਦਾ ਖਰਚਾ ਹੀ ਨਹੀਂ ਕੋਈ ਜਿਹੜੇ ਮੂੰਹ ਜ਼ੁਬਾਨੀ ਚੇਤੇ ਨੇ ਹਨਾ ਸਾਰਿਆਂ ਦੀ ਜ਼ੁਬਾਨ ਦੇ ਉੱਪਰ ਇਹ ਤਾਂ ਉਹ ਗੀਤ ਨੇ ਪਰ ਇੱਕ ਸ਼ੁਰੂਆਤ ਵੀ ਹੁੰਦੀ ਹੈ ਇਨਸਾਨ ਦੀ ਹਨਾ ਸੋ ਸਭ ਤੋਂ ਪਹਿਲਾ ਗੀਤ ਜਿਹੜਾ ਰਿਕਾਰਡ ਹੋਇਆ ਹੋਵੇ ਤੁਹਾਡਾ ਉਹ ਕਿਹੜਾ ਗੀਤ ਸੀ ਹਾਂ ਉਹ ਜਿਸ ਤਰ੍ਹਾਂ ਮੈਂ ਨਾ ਇਸ ਲਾਈਨ 'ਚ ਟੈਣਾ ਸਾਹਿਬ ਨੂੰ ਪੈਣੇ ਸੀ ਹਰਮੂ ਪੈਣੀ ਜੀ ਵੀ ਉਹ ਜਿਹੜਾ ਕਿ ਨਾ ਗਾਣਾ ਮਾਨ ਸਾਹਿਬ ਦਾ ਸੀ ਬਾਕੀ ਦੇ ਕੰਮ ਬਾਅਦ 'ਚ ਪਹਿਲਾਂ ਸਿਰ ਜ਼ਰੂਰੀ ਹੈ ਉਹ ਮੈਂ ਜਲੰਧਰ ਪੜ੍ਹਦਾ ਹੁੰਦਾ ਸੀ ਜੇ ਕਦੇ ਹੁਣ ਉਹਨੂੰ ਦੇਖਿਓ ਤਾਂ ਉਹਦੇ 'ਚੋਂ ਗਾਮੇ ਨੂੰ ਪਛਾਣਿਓ ਵੀ ਕਿੱਥੇ ਹੈ ਉਹ ਜਿਹੜੀ ਪ੍ਰੈਕਟਿਸ ਕਰਦਾ ਵਿੱਚ ਸਰਦਾਰ ਜੀ ਉਹ ਗੁਰਨਾਮ ਹੈ ਗਾਮਾ ਜਿਹੜਾ ਅੱਜ ਹਾਲਾਤ ਦਾ ਮਾਰਿਆ ਵੀ ਤੁਰਿਆ ਵੀ ਨਹੀਂ ਜਾਂਦਾ ਵਕਤ ਦੀ ਗੱਲ ਹੈ ਹਾਂ ਐਜ ਏ ਰਿਕਾਰਡਡ ਜਿਹੜਾ ਗਾਣਾ ਹੋਇਆ ਸੀ ਉਹ ਮੇਰੇ ਪਿੰਡ ਦਾ ਮੁੰਡਾ ਕਿਉਂਕਿ ਮੈਂ ਇੱਥੇ ਨਹੀਂ ਸੀ ਰਹਿੰਦਾ ਉਹਨਾਂ ਦਿਨਾਂ 'ਚ ਮੈਂ ਸ਼ਾਇਦ ਹੋ ਸਕਦਾ ਵੀ ਜੇ ਅੱਜ ਮੈਂ ਕਰਨਾ ਹੁੰਦਾ ਤਾਂ ਇਹੋ ਜਿਹਾ ਗਾਣਾ ਨਾ ਵੀ ਕਰਦਾ ਉਹ ਕਹਿੰਦੇ ਸੀ ਵੀ ਜਿਹੜਾ ਆਪਣੇ ਮੇਜਰ ਜੀ ਸੀ ਉਹ ਵੀ ਬੜਾ ਉਸ ਗਾਣੇ ਪਿੱਛੇ ਭੱਜਦੇ ਫਿਰਦੇ ਰਹੇ ਵੀ ਆਹ ਗਾਣਾ ਜਿਹਾ ਰਿਕਾਰਡ ਕਰਨਾ ਉਹਨਾਂ ਦਿਨਾਂ 'ਚ ਗਾਣੇ ਇਹੋ ਜਿਹੇ ਕੰਧਾਂ 'ਤੇ ਲੈਟਰ ਲਾਵਾਂਗੇ ਐਂ ਕਰਾਂਗੇ ਜਿਹੜਾ ਹੈ ਨਾ ਰੇਤਾ ਪਾ ਦੂੰਗਾ ਹਾਂ ਮੈਂ ਕਰ ਦੂੰ ਕਰ ਦੂੰ ਮੈਂ ਵੀ ਇੱਦਾਂ ਦਾ ਵੈਸੇ ਹੀ ਆਪਣੀ ਰੂਹ ਵਾਲੀ ਜਿਹੀ ਲਿਖ ਲੈਣਾ ਹੁੰਦਾ ਇਹੋ ਜਿਹਾ ਕਦੇ ਕਦੇ ਲੇਕਿਨ ਉਹ ਮੇਰੇ ਮਗਰੋਂ ਹੀ ਮਾਣੇ ਵਾਲ ਰਹਿੰਦੇ ਹੀ ਮੇਰੇ ਪਿੰਡ ਦੇ ਜਿਹੜੇ ਵੀ ਮੁੰਡੇ ਮੇਰੇ ਅਹਿਮ ਉਮਰ ਲਿਖਣ ਵਾਲੇ ਸੀਗੇ ਸੀਨੀਅਰ ਸੀਗੇ
ਸਾਡਾ ਗਰੁੱਪ ਜਿਹਾ ਹੁੰਦਾ ਸੀਗਾ ਮੈਂ ਕਬੱਡੀ ਤੋਂ ਬਾਅਦ ਉਹਨਾਂ ਨੇ ਆ ਕੇ ਬੈਠ ਜਾਣਾ ਡੀਸੀ ਪੰਤ ਪੱਪੀ ਐਂ ਸਾਰੇ ਜਣੇ ਅਤੇ ਉਹਨਾਂ ਕੋਲ ਉਹ ਗਾਣਾ ਸੀਗਾ ਜੀ ਬਲੈਕਮੇਲ ਉਹਦਾ ਟਾਈਟਲ ਹੀ ਕੈਸਟ ਦਾ ਸੀ ਉਹ ਤੁਹਾਨੂੰ ਪਤਾ ਜਿਹੜੀ ਮਾੜੀ ਚੀਜ਼ ਹੈ ਦੋ ਵਾਰੀ ਰਿਕਾਰਡ ਹੋਇਆ ਉਹ ਦੋਵੇਂ ਵਾਰੀ ਟਾਈਟਲ ਬਣਿਆ ਅਤੇ ਕਿਹਨੇ ਕਿਹਨੇ ਗਾਇਆ ਇੱਕ ਵਾਰੀ ਸੀਰਾ ਖਾਨ ਇੱਕ ਵਾਰੀ ਕੋਈ ਲਵਪ੍ਰੀਤ ਧਰਮਪ੍ਰੀਤ ਵਾਂਗੂ ਗਾਉਂਦਾ ਸੀਗਾ ਉਹਨਾਂ ਨੇ ਗਾਇਆ ਜੀ ਉਹ ਬੜਾ ਹਾਸੋਹੀਣਾ ਗਾਣਾ ਵੀ ਲੜਕੀ ਦਾ ਵਿਸ਼ਾ ਤਾਂ ਉਹੀ ਹੁੰਦਾ ਲੜਕੀ ਆ ਕਹਿੰਦੀ ਆ ਵੀ ਠੀਕ ਹੈ ਜੀ ਤੂੰ ਵੀ ਮੈਨੂੰ ਭੁੱਲ ਜਾ ਅਤੇ ਹੁਣ ਤੂੰ ਦੇਖ ਵੀ ਮੇਰਾ ਤਾਂ ਵਿਆਹ ਕਿਤੇ ਉਹ ਕਰਨ ਲੱਗੇ ਆ ਅਤੇ ਵੀ ਖੇਲ ਤਾਂ ਖਤਮ ਹੋ ਗਿਆ ਸਾਰਾ ਕਹਿੰਦਾ ਜਾ ਝੂਠ ਕੇ ਨਹੀਂ ਹੋ ਜਾ ਨਜ਼ਰਾਂ ਤੋਂ ਪਾਸੇ ਅਤੇ ਅੱਗੇ ਅੱਗੇ ਵੇਖੀ ਹੁਣ ਹੁੰਦੇ ਕੀ ਤਮਾਸ਼ੇ ਤੇਰੇ ਲਈ ਤਾਂ ਹੋ ਗਿਆ ਖਤਮ ਖੇਲ ਸਾਰਾ ਪਰ ਮੇਰੇ ਲਈ ਤਾਂ ਸ਼ੁਰੂ ਹੋਇਆ ਹੁਣ ਖੇਲ ਨਹੀਂ ਉਹਨਾਂ ਦਿਨਾਂ 'ਚ ਲੈਟਰ ਚੱਲਦੇ ਹੁੰਦੇ ਬਿਲੋ ਨਹੀਂ ਇਹਨਾਂ ਲੈਟਰਾਂ ਨਾਲ ਤੈਨੂੰ ਕਰਿਆ ਕਰੂੰਗਾ ਮੈਂ ਬਲੈਕਮੇਲ ਨਹੀਂ ਬਿਲੋ ਨਹੀਂ ਇਹਨਾਂ ਮੈਸੇਜ ਨਾਲ ਤੈਨੂੰ ਅੱਜ ਦੀ ਗੱਲ ਕਰੀਏ ਜੀ ਕਰਿਆ ਕਰੂੰਗਾ ਮੈਂ ਬਲੈਕਮੇਲ ਬਲੈਕਮੇਲ ਵੀ ਕਿਹੋ ਜਿਹਾ ਕਿੰਨੀ ਕੁ ਸੋਚ ਹੁੰਦੀ ਕਹਿੰਦਾ 15,000 ਲਊਂ ਵਿਆਹ 'ਤੇ ਚੁੱਪ ਰਹਿਣ ਦਾ 15,000 ਲਊਂ ਵਿਆਹ 'ਤੇ ਚੁੱਪ ਰਹਿਣ ਦਾ ਪੂਰਾ ਦੱਸ ਲਊਂਗਾ ਵਿਛੋੜਾ ਤੇਰਾ ਸਹਿਣ ਦਾ ਚਲੋ 25 ਹੋ ਗਿਆ ਪੂਰਾ 25 ਲੈ ਕੇ ਤੁਹਾਡੀ ਲਾਗਣ ਬੁੜੀ ਨੂੰ ਤੁਹਾਡੇ ਕੋਲਿਆਂ 'ਤੇ ਚੋਣ ਦੇਊਂਗਾ ਮੈਂ ਤੇਲ ਨਹੀਂ ਬਿਲੋ ਨਹੀਂ ਇਹਨਾਂ ਲੈਟਰਾਂ ਨੂੰ ਤੈਨੂੰ ਇਹ ਗਾਣਾ ਜਦੋਂ ਰਿਕਾਰਡ ਹੋਇਆ ਕਹਿੰਦੇ ਗਾਣਾ ਮੈਂ ਉਦੋਂ ਖੱਤ ਚੱਲਦੇ ਸੀ ਮੈਂ ਖੱਤ ਪਾਇਆ ਉਹ ਆਪਦੇ ਜਿਹੜੇ ਨਾਲ ਦੇ ਦੋਸਤ ਮਿੱਤਰ ਸੀ ਉਹ ਪੱਪੀ ਉਹਨਾਂ ਨੂੰ ਵੀ ਬਾਈ ਬਹੁਤ ਅੱਛਾ ਤੁਸੀਂ ਕਰਿਆ ਮੈਂ ਇੰਨਾ ਟੁੱਟ ਗਿਆ ਸੀ ਮੈਨੂੰ ਹੌਸਲਾ ਮਿਲਿਆ ਅਤੇ ਬੜੀ ਜਲਦੀ ਮੈਂ ਉੱਠ ਕੇ ਦੇਖੀ ਚੱਲਿਓ ਆਪਾਂ ਐਂ ਕਰਾਂਗੇ ਉਹ ਕਰਾਂਗੇ ਲੇਕਿਨ ਮੈਂ ਅੱਜ ਸੋਚਦਾ ਜੀ ਵੀ ਅੱਜ ਵਾਲਾ ਕੰਮ ਹੁੰਦਾ ਜੋ ਅੱਜ ਲਿਖਦਾ ਸੀ ਉਹਨਾਂ ਦਿਨਾਂ 'ਚ ਬਾਪੂ ਜੀ ਨਾਲ ਵੀ ਇੰਨੀ ਉਹ ਗੀਤਾਂ ਵਾਲੇ ਵਿਸ਼ੇ ਤੇ ਗੱਲ ਨਹੀਂ ਹੁੰਦੀ ਸੀ ਜੀ ਮੈਂ ਉਹੀ ਪੁੱਛਣ ਲੱਗੀ ਸੀ ਵੀ ਬਾਪੂ ਜੀ ਨੇ ਫੇਰ ਉਹਨੇ ਇਜਾਜ਼ਤ ਦਿੰਦੇ ਸੀ ਕਿਉਂਕਿ ਉਹਨਾਂ ਨੇ ਫੋੜਾ ਨਹੀਂ ਫੇਰਿਆ ਹਾਂ ਨਹੀਂ ਫੋੜਾ ਉੱਤੇ ਯਕੀਨ ਮੰਨਿਓ ਫੋੜੇ ਵਾਲੀ ਗੱਲ ਵੀ ਤੁਹਾਨੂੰ ਦੱਸਾਂ ਮਾਤਾ ਜੀ ਦੀ ਇਹਦੇ ਸ਼ਹਿਬਾਜ਼ ਵੀ ਇੱਦਾਂ ਹੀ ਗਾਣਾ ਸੀ ਇੱਕ ਬੱਬੀ ਜਿਹੜਾ ਮੁੰਡਾ ਤੁਹਾਨੂੰ ਵੀ ਆਪ ਪੈਸੇ ਲਾਏ ਸੀ ਅਖੇ ਇਹਦੀ ਲਾਈਨ ਸੀ ਉਹ ਵੀ ਸਾਡੀ ਮਾਤਾ ਜੀ ਦੀ ਗੱਲ ਹੈ ਦੇਖਿਓ ਕੈਸੀ ਹੈ ਉਹ ਲਾਈਨ ਲਾਸਟ ਸੀਗੀ ਵੀ ਦੇਖ ਲੈ ਜੇ ਚੱਲ ਸਹੇਲੀਆਂ ਚ ਬੈਠੀਆਂ ਚ ਲੱਗਦੀਆਂ ਦਾਣਿਆਂ ਚ ਪਈ ਜਿਵੇਂ ਖਿਲ ਸੋਹਣੀ ਤੇਰੇ ਉੱਤੇ ਆਇਆ ਸਾਡਾ ਦਿਲ ਅਸੀਂ ਸੁਣਾ ਕੇ ਬੜਾ ਖੁਸ਼ ਹੋ ਕੇ ਤੇ ਉੱਠ ਕੇ ਜੀ ਆਹ ਕੈਸਟ ਘਰੀ ਆ ਜੀ ਹੁਣ ਅਸੀਂ ਆਪ ਪੈਸੇ ਲਾ ਕੇ ਸਾਡੀ ਮਾਤਾ ਇੱਕ ਦੇਸੀ ਅੰਦਾਜ਼ 'ਚ ਜਿਹੜਾ ਆਪਣੇ ਪਿੰਡਾਂ ਦਾ ਸਟਾਈਲ ਹੈ ਉਰਿਆ ਵੇ ਕੰਜਰੋ ਉਰਿਆ ਹੁਣ ਪਿੰਡ ਦੀਆਂ ਕੁੜੀਆਂ ਕੱਢੂਗੇ ਆਲੋਚਨਾ ਵੀ ਕਰ ਰਹੀ ਹੈ ਅਤੇ ਨਾਲ ਉਹਨੂੰ ਕਲੀਅਰ ਵੀ ਕਰ ਰਹੀ ਇੱਕ ਦੇਸੀ ਬੁੜੀ ਕਹਿੰਦੀ ਵੀ ਐਂ ਵੀ ਤਾਂ ਕਹਿ ਸਕਦੇ ਹਾਂ ਵੀ ਵੇਖ ਲੈ ਜੇ ਚੱਲ ਸਕਦੀ ਹੈ ਪਿੰਡ ਧੂੜਕੋਟ ਓਹੋ ਅਸੀਂ ਸਾਰੇ ਮੈਂ ਨਹੀਂ ਬਦਲ ਗਏ ਅਸੀਂ ਦੋਨੇ ਪੇਰੈਂਟ ਮਾਤਾ ਗਲਤੀ ਹੋ ਗਈ ਹੁਣ ਤਾਂ ਮਿਕਸਿੰਗ ਵੇਵ ਹੋ ਗਿਆ ਸਰ ਅੱਗੇ ਸਾਨੂੰ ਹੁੰਦਾ ਇਹੋ ਜਿਹੀਆਂ ਗੱਲਾਂ ਵਿਰਸੇ 'ਚੋਂ ਘਰ 'ਚੋਂ ਮਤਲਬ ਮਿਲ ਗਈ ਬਹੁਤ ਖੂਬ ਔਰ ਤੁਸੀਂ ਇਹ ਦੇਖੋ ਵੀ ਇਹੋ ਜਿਹੇ ਸ਼ਬਦ ਕਿਹੋ ਜਿਹੇ ਕਿੱਡੇ ਕਿੱਡੇ ਰਾਈਟਰ ਵਰਤ ਲੈਂਦੇ ਸੀ ਵੀ ਮਾਫ਼ ਕਰਨਾ ਮੈਂ ਕਿਸੇ ਗੀਤ ਦਾ ਕਿਸੇ ਨੂੰ ਮੈਂ ਬੁਰਾ ਨਹੀਂ ਕਹਿਣਾ ਚਾਹੁੰਦਾ ਕੁੜੇ ਤੇਰੀ ਭਿੱਜਗੀ ਕੋਟੀ ਲਾਲ ਪਸੀਨੇ ਨਾਲ ਕੁੜੇ ਨਹੀਂ ਉਸਤਾਦ ਜੀ ਨੇ ਕਿਹਾ ਕੁੜੇ ਨਹੀਂ ਕਹਿਣਾ ਪੁੱਤ ਕੁੜੇ ਹੁੰਦੇ ਕੁੜੇ ਕੁੜੀਏ ਪਾਣੀ ਫੜਾਈ ਸਾਡੀਆਂ ਧੀਆਂ ਭੈਣਾਂ ਲਈ ਕੁੜੇ ਵਰਤਦੇ ਕਦੇ ਕੁੜੇ ਨਹੀਂ ਵਰਤਣਾ ਇੱਕ ਗਾਣੇ 'ਚ ਮੈਂ ਵਰਤ ਲਿਆ ਨਹੀਂ ਹੁਣ ਤੂੰ ਚੀਜ਼ ਬਗਾਨੀ ਹੈ ਤੇਰੇ 'ਤੇ ਕਿੱਦਾਂ ਆ ਕੇ ਜਿੱਤਾਂ ਵਾਹ ਗਾ ਮੈਂ ਹੁਣ ਕੁੜੀ ਨੂੰ ਚੀਜ਼ ਕਹੇਗਾ ਨਾਸਤਾ ਜੀ ਤੁਹਾਨੂੰ ਇਹਨਾਂ ਗਾਣਿਆਂ 'ਤੇ ਸ਼ਰਮਿੰਦਗੀ ਹੈ ਬਹੁਤ ਸ਼ਰਮਿੰਦਗੀ ਹੈ ਇਹਨਾਂ ਸ਼ਬਦਾਂ 'ਤੇ ਜਦੋਂ ਮੈਨੂੰ ਉਸਤਾਦ ਜੀ ਹੋਰਾਂ ਨੇ ਉਹ ਵੱਡੇ ਜਿੰਨੇ ਵੀ ਅੱਛੇ ਲਿਖਣ ਵਾਲੇ ਨੇ ਜਦੋਂ ਵੀ ਕੋਈ ਟੋਕਦਾ ਮੇਰਾ ਦਿਲ ਕਰਦਾ ਇੱਥੇ ਰਾਤ ਕੱਟਾਂ ਬਾਈ ਜੀ ਤੁਹਾਡੇ ਕੋਲੋਂ ਵੀ ਕੋਈ ਇਹੋ ਜਿਹਾ ਲਿਖਿਆ ਗਿਆ ਜਿਹਦੇ ਉੱਤੇ ਥੋੜ੍ਹਾ ਜਿਹਾ ਦੁੱਖ ਹੋਇਆ ਹੋਵੇ ਕਦੇ ਵੀ ਸ਼ਰਮਿੰਦਗੀ ਜੀ ਹੁੰਦੀ ਹੋਵੇ ਕਿ ਆਹ ਕਿਹੜੀ ਗੱਲੋਂ ਲਿਖਤਾ ਨਹੀਂ ਮੈਂ ਬਹੁਤ ਘੱਟ ਲਿਖਿਆ ਪਰ ਜਿੰਨਾ ਵੀ ਲਿਖਿਆ ਉਹ ਫਿਰ ਗਲਤੀਆਂ ਮਾੜੀ ਮੋਟੀ ਇਹਨਾਂ ਤੋਂ ਹੁੰਦੀਆਂ ਮੈਂ ਜਦੋਂ ਲੈ ਕੇ ਜਾਂਦਾ ਵੀ ਇਹਨਾਂ ਕੋਲ ਕੋਈ ਲੈਣ ਇਹੋ ਜਿਹੀ ਪਹਿਲੇ ਰੋਕ ਦਿੰਦੇ ਆ ਵੀ ਨਹੀਂ ਇਹਨੂੰ ਕਰਨੀ ਲੇਕਿਨ ਬਾਈ ਜੀ ਤੁਸੀਂ ਦੱਸਦੇ ਸੀਗੇ ਇਸ ਪ੍ਰੋਗਰਾਮ ਦੀ ਸ਼ੁਰੂਆਤ ਤੋਂ ਪਹਿਲਾਂ ਵੀ ਇੱਕ ਸਾਧ ਗਵਈਏ ਤੋਂ ਬੜੇ ਅੱਕੇ ਸੀ ਉਹਨਾਂ ਦਿਨਾਂ 'ਚ ਜਦੋਂ ਫਾਈਨ ਟੱਚ ਕੰਮ ਕਰਦੇ ਸੀ
ਤੇ ਅਚਾਨਕ ਹੀ ਉਹ ਦੌਰ ਦਾ ਜਦੋਂ ਚੇਂਜ ਹੋਣ ਲੱਗਿਆ, ਡਿਜੀਟਲ ਸਾਰਾ ਹੋ ਗਿਆ ਇਹ ਕੰਪਿਊਟਰਾਈਜ਼, ਰੂਬੀ ਭਾਅ ਜੀ ਨੇ ਉਹ ਲਾਸਟ ਸਟੇਪ ਮੈਂ ਕਰੀ ਸੀ ਉੱਥੇ ਬਲਕਾਰ ਖੀਲੇ ਦੀ ਜੀ 10 ਦਿਨ ਨੂੰ ਆਵੇ ਸੰਗ, ਅਤੇ ਵੈਸੇ ਵੀ ਮੈਂ ਫੈਡਅਪ ਜਿਹਾ ਸੀਗਾ ਉੱਥੇ, ਕਿਉਂਕਿ ਮੈਂ ਹੋਰ ਹੀ ਲਿਖਣ ਲੱਗ ਗਿਆ ਸੀਗਾ ਸਤਨਾਮ ਸਾਗਰ ਕੇ, ਵੀ ਕੂਕਰ ਕਿੰਨਾ ਹੋ ਜਾਵੇ ਪੁਰਾਣੇ ਸਿਟੀ ਉੱਤੇ ਵੱਜਦੀ ਹੈ, ਮੈਂ ਇਹੋ ਜਿਹੇ ਗਾਣੇ ਲਿਖੇ, ਮੈਂ ਕਿਹਾ ਵੀ ਆਹ ਕਿਵੇਂ ਲਿਖਣ ਲੱਗ ਗਿਆ ਯਾਰ, ਕਿੱਧਰ ਨੂੰ ਗਾਣੇ ਮੈਂ ਲਿਖਣ ਲੱਗ ਗਿਆ, ਆਹ ਕੀ ਹੋ ਗਿਆ, ਜਾਂ ਜੱਟ ਨੇ ਕੱਦੂ ਕਰਤਾ ਨਹੀਂ ਛੇਤੀ ਪਾਣੀ ਨਹੀਂ ਸਕਦਾ, ਦਿਲਦਾਰ ਸ਼ਰੀਫ ਉਹਨਾਂ ਦੇ ਗਾਣੇ, ਅਤੇ ਲੇਕਿਨ ਅੱਛੀ ਟੇਪ ਜਿਹੜੀ ਕਰੀ ਸੀ ਉਹ 10 ਦਿਨ ਤੋਂ ਆਵੇ ਸੰਗ, ਜਿਹਦੇ 'ਚ ਇੱਕ ਫਾਇਦਾ ਮੈਟਰ ਸੀ, ਅਤੇ ਉਹ ਸਾਰਾ ਕੁਝ ਛੱਡਣ ਤੋਂ ਬਾਅਦ ਮੈਂ ਇੱਥੇ ਪਿੰਡ ਆਇਆ, ਅਤੇ 2008 'ਚ ਕੋਈ ਗੱਲ ਸੀ ਵੀ ਯਾਰ ਗਾਮਾ ਕਮਲਾ ਹੋ ਗਿਆ ਸੀ ਕੋਈ ਗੱਲਬਾਤ, ਕਿਤੇ ਹੋਰ ਆਪਾਂ ਬੈਕ ਕੈਮਰਾ ਗੱਲ ਕਰਾਂਗੇ ਕਿਉਂ ਕਮਲਾ ਹੋਇਆ ਸੀ ਜਾਂ ਕਿਉਂ ਕਹਿੰਦੇ ਸੀ, ਉਹ ਕੋਈ ਨੂਰ ਤਲਕਾਰ ਐਸਾ ਸੀ ਜਿਹਦੇ ਕਰਕੇ ਤੁਰਿਆ ਫਿਰਦਾ ਵਾਂ, ਅਤੇ ਉਹ ਅਚਾਨਕ ਕੋਈ ਵੀਰ ਦਾ ਹੀ ਫੋਨ ਆਇਆ ਨਿੱਕੂ ਦਾ, ਕਿੱਥੇ ਆਇਆ, ਮੈਂ ਕਿਹਾ ਯਾਰ ਮੋਗੇ ਖੜ੍ਹਾਂ ਅਤੇ ਪਤਾ ਕੋਈ ਨਹੀਂ ਕਿੱਧਰ ਨੂੰ ਜਾਣਾ, ਲੋਕ ਕਹਿੰਦੇ ਕਮਲਾ, ਅਤੇ ਮੇਰੇ ਨਾਲ ਇੱਕ ਸਾਧ ਹੈ ਲਿਆ ਭਾਈ, ਜਦੋਂ ਸਾਧ ਉਹਨੇ ਤੈਨੂੰ ਮਿਲਣਾ, ਜਦੋਂ ਦੇਖਿਆ ਵੀ ਆ ਬਚੂੰਗੜਾ ਜਾਂ ਸਾਧ ਉਹਨੂੰ, ਅਤੇ ਉਹ ਕਾਫੀ ਜਦੋਂ ਮੈਂ ਉਦੋਂ ਤੋਂ ਐਂ ਹੋ ਕੇ, ਫਿਰ ਉਹ ਸਾਡੇ ਪਿੰਡ ਦਾ ਹੀ ਇੱਕ ਮੁੰਡਾ ਨਾਲ ਦੇ ਪਿੰਡ ਦਾ ਹੀ ਗਵਾਂਢੀ ਆ ਅਮਰ ਇਕਬਾਲ, ਇੱਕ ਸਾਡੇ ਮੁੰਡਾ ਉਹ ਜਿਹੜਾ ਮੈਨੂੰ ਉੱਥੇ ਫਰੀਦਕੋਟ ਸੀਰਾ ਲੁਹਾਰ ਇਹ ਇੱਥੇ ਖੜ੍ਹਾ, ਇਹ ਅੰਨੀ ਸ਼ਰਧਾ ਵਾਲੇ ਬੰਦੇ ਸੀਗੇ ਇਹ, ਜਿਹਨਾਂ ਨੂੰ ਪੱਟੀਆਂ ਸੀਗੀਆਂ ਸ਼ਰਧਾ ਦੀਆਂ ਇਹਨਾਂ 'ਤੇ ਵੀ ਸਾਧ, ਹੁਣ ਮੈਨੂੰ ਤਾਂ ਪਤਾ ਸੀਗਾ ਵੀ ਸਾਧ ਕੀ ਵੀ ਗਾਮੇ ਤੋਂ, ਉਹ ਮੈਂ ਅਕਸਰ ਹੀ ਸੁਣਾਉਂਦਾ ਹੁੰਦਾ ਵੀ ਕੋਈ ਦਾਰੂ ਪਿਆਉਂਦਾ ਹੈ, ਕੋਈ ਫੀਮ ਖਵਾਉਂਦਾ ਹੈ, ਕੋਈ ਪਿਆਰ ਜਿਤਾਉਂਦਾ ਹੈ, ਕੋਈ ਪੈਸਾ ਵਿਖਾਉਂਦਾ, ਜ਼ਹਿਰ ਉਨਾ ਹੀ ਚੜ੍ਹਨਾ, ਸੱਪਾਂ ਦਾ ਡੰਗ ਹੀ ਵੱਖੋ ਵੱਖਰਾ, ਗਾਮੇ ਤੋਂ ਗੀਤ ਹੀ ਲੈਣਾ ਜਾਂ ਲੈਣ ਦਾ ਢੰਗ ਹੀ ਵੱਖੋ, ਢੰਗ ਵੱਖੋ ਵੱਖਰਾ, ਕੋਈ ਸਾਧ ਬਣ ਕੇ ਕਹਿ ਲਾ ਕੋਈ ਕੁਛ ਕਰਕੇ, ਪਤਾ ਵੀ ਇਹਦੀ ਵਰਤੀ ਜੀ ਇਹੋ ਜਿਹੀ ਇਹੋ ਜਿਹਾ ਹੋ ਜਾ, ਇਹ ਇੱਥੇ ਐਵੇਂ ਜੇ ਖੁਸ਼ ਹੈ ਇਹੋ ਜਿਹਾ ਹੋ ਜਾ, ਤੁਸੀਂ ਯਕੀਨ ਮੰਨਿਓ ਕਿ ਯਾਰ ਇਹਨੂੰ ਪਰਖ ਨਹੀਂ ਬੰਦੇ ਦੀ, ਉਹ ਪਤਾ ਹੀ ਨਹੀਂ ਲੱਗਣ ਦਿੰਦੇ 15-15 ਸਾਲ ਉਹ ਅਸੀਂ ਚੰਗੇ ਨੇ ਮਾੜਿਆ, ਅਸੀਂ ਸੋਚੀ ਜਾਈਦਾ ਵਿਆ ਕਿ ਉਦੋਂ ਤਾਂ ਉਹਨੂੰ ਬਲਕਾਰ ਨੂੰ ਵੀ ਨਾ ਪਤਾ ਸੀ ਵੀ ਸੱਤਰੀ ਪਈ ਨਹੀਂ ਪਈ, ਵੀ ਆਪਾਂ ਤਾਂ ਜਟਕਟ ਆ ਇਹੋ ਜਿਹਾ ਬਈ ਸਾਹ ਉਦੋਂ ਹੀ ਖਤਮ ਪਾਣੀ, ਪਰ ਉਹ ਕੀ ਸੀ ਕਹਾਣੀ ਕੀ ਸੀ ਸਾਧ ਗਾਇਕ ਦੀ? ਹਾਂ ਉਹ ਜਿਹੜੀ ਆਪਾਂ ਉੱਥੇ ਆਉਂਦੇ ਹਾਂ ਵੀ ਉਹਨੇ ਪਤਾ ਹੀ ਅਚਾਨਕ ਹੀ ਯਾਰ ਕੋਈ ਮੁੰਡਾ ਮਿਲਿਆ ਸੀ ਵੀ ਉਹ ਗੀਤ ਜਦੋਂ ਉਹਨਾਂ ਨੂੰ ਜਾ ਕੇ ਸੁਣਾਉਣੇ, ਅਮਰ ਇਕਬਾਲ ਇੱਕ ਜੀ 12 ਮੰਦਾ ਖੇਤ ਬੀਬੀ ਜੀ ਉਹ ਵੀ ਉੱਥੇ ਜਾਂਦਾ ਸੀ ਇਹ ਸੀਰਾ ਲੈ ਕੇ ਜਾਂਦਾ ਸੀ, ਅਤੇ ਜਦੋਂ ਗਾਣੇ ਗੁਣੇ ਸੁਣਾਏ ਵੀ ਇਹ ਯਾਰ ਗਾਮਾ ਲੈ ਕੇ ਆਓ, ਮੈਂ ਕਿਹਾ ਮੈਂ ਤਾਂ ਨਹੀਂ ਜਾਂਦਾ, ਉਹਨੂੰ ਕਹੇ ਜ਼ਰੂਰ ਡੇਰੇ 'ਚ, ਹਾਂ ਇਹਨੂੰ ਜੇ ਜ਼ਰੂਰਤ ਆ ਜਾ ਗੱਡੀ ਭੇਜ ਦੇ, ਚਲੋ ਉਹਦਾ ਇੱਕ ਭਰਾ ਹੁੰਦਾ ਸੀ ਉਹਨੂੰ ਗੱਡੀ ਭੇਜਤੀ ਆਪਦੀ ਦੇ ਕੇ ਕੈਮਨ ਚੱਕ ਕੇ ਲਿਆ, ਉਹਦੇ ਨਾਲ ਬੈਠ ਕੇ ਗੱਲਾਂ ਹੋਈਆਂ ਸਪੈਸ਼ਲ ਵੀ ਇਹ ਸਾਰੇ ਗਵਾਹ ਨੇ ਅੱਜ ਵੀ ਠੀਕ ਹੈ ਤੂੰ ਸਾਹਿਬ ਇਹਨਾਂ ਵਾਸਤੇ ਡਰਾਮਾਟਿਕ ਜਿਹੜਾ ਨਿੱਕੂ ਨੇ ਮੈਨੂੰ ਸਾਰਾ ਸਮਝਾਤਾ ਵੀ ਤੂੰ ਗਾਇਕ ਹੈ ਮੈਂ ਗੀਤਕਾਰ, ਇੱਕ ਸੀਟ ਮੂਹਰੇ ਖਾਲੀ ਹੋਣੀ ਹੈ, ਮੈਂ ਨਾ ਤਿੰਨ ਲਊਂਗਾ ਸੀਟ, ਕੋਈ ਵੱਡੀ ਸੀਟ ਹੈ ਵੀ ਆਪਾਂ ਉਹ ਸੀਟ ਕਾਬਜ ਹੋਣਾ ਉਸ 'ਤੇ ਡੇਰੇ ਚ ਲੱਤ ਖੜਾ ਜਹਾਜ਼ ਚ ਪਹਿਲਾ ਪੈਰ ਤੂੰ ਧਰੇਗਾ ਤੇਰੇ ਪਿੱਛੋਂ ਮੈਂ, ਤੇ ਅੱਜ ਕੱਲ ਮੇਰੀਆਂ ਦੋ ਲਾਈਨਾਂ ਵੀ ਉਹ ਤੈਨੂੰ ਸੱਦਾ ਦੇਣ ਵਾਲਾ ਬੰਦਾ ਸੀ ਉਹ ਤੈਨੂੰ ਜਹਾਜ਼ ਚੜਾਤਾ ਗਾਮੇ ਨੇ, ਸੱਦਾ ਦੇਣ ਵਾਲੇ ਕੌਣ ਹੁੰਦੇ ਤੈਨੂੰ ਸਮਝ ਗਿਆ ਤੂੰ, ਵੀ ਉਹ ਐਡੀਆਂ ਐਡੀਆਂ ਗੱਲਾਂ ਕਰਕੇ ਮੈਨੂੰ ਫਿਰ ਉਹਦਾ ਹੁਣ ਅੱਗੇ ਤਾਂ ਚਲੋ ਪੈਸੇ ਟੱਕੇ ਦਾ ਰੌਲਾ ਹੋਊ ਕਿਸੇ ਨਾਲ ਜਾਂ ਕੁਛ ਹੋਰ ਹੋਊਗਾ ਗਾਇਕਾਂ ਨਾਲ, ਉਹ ਬੰਦੇ ਨੇ ਨਾ ਹੀ ਕੱਢਦਾ, ਮੰਨ ਲਓ ਡਰਾਮਾ ਗਾਣਾ ਚੱਲ ਰਿਹਾ ਇੱਕ ਸਭ ਡਰਾਮਾ, ਅਤੇ ਇੰਟਰਵਿਊ ਕਰ ਰਹੀ ਹੈ ਕੋਈ ਲੜਕੀ ਆਪਣੀ ਹਰਮਨ ਵਰਗੀ ਵੀ, ਇਹ ਸਰ ਤੁਹਾਡੇ ਕਿਵੇਂ ਆਇਆ, ਉਹ ਬੰਦਾ ਜਿਹੜਾ ਕਿਸੇ ਦੀ ਗੀਤ ਨੂੰ ਔਰ ਖਾਸ ਕਰਕੇ ਜਿਹਨੂੰ ਬਾਬਾ ਨਾਨਕ ਜੀ ਕਹਿੰਦੇ ਆ ਵੀ ਧਨ ਲਿਖਾਰੀ ਨਾਨਕਾ ਜੀ ਨਾਮ ਲਿਖਾਇਆ ਸੱਚ, ਜਿਹਨਾਂ ਨੇ ਸੱਚ ਲਿਖਿਆ ਵੀ ਉਹ ਧਨ, ਵੀ ਉਹਨਾਂ ਦੀ ਇਸ ਗੱਲ ਨੂੰ ਇਹ ਕਹਿਣਾ ਵੀ ਜਦੋਂ ਮੈਂ ਜੀ ਦੁਨੀਆਦਾਰੀ ਦੇਖੀ ਫਿਰ ਡਰਾਮਾ ਮੈਨੂੰ ਸੰਖੇਪ 'ਚ ਕਹਿ ਲਈਏ ਅਸੀਂ ਕਮਰਸ਼ੀਅਲ ਹੋ ਕੇ ਵੀ ਦੇਖਿਆ,
ਸਿੰਗਰਾਂ ਤੋਂ ਟੁੱਟ ਕੇ ਇੱਕ ਸਾਧ 'ਤੇ ਵਿਸ਼ਵਾਸ ਕੀਤਾ, ਸਾਰੀਆਂ ਗੱਲਾਂ ਉਹਦੇ ਨਾਲ ਕਲੀਅਰ ਹੋ ਗਈਆਂ। ਇੱਕ ਲਾਤੇ ਖੜ ਕੇ ਅਰਦਾਸ ਕਰ ਲਈ ਉਹਨੇ ਵੀ, ਮੈਂ ਭਾਈ ਬਗਾਮੇ ਮੈਂ ਖੜੂੰਗਾ, ਤੁਸੀਂ ਮੇਰੇ ਵਾਸਤੇ ਲਿਖੋ ਗੱਡੀ ਕਿਹੜੀ ਹੈ, ਗੱਡੀ ਵੀ ਮੈਂ ਗੱਡੀ ਵੀ ਦਊ, ਮੈਂ ਖਰਚਾ ਵੀ ਦਊ। ਉਹ ਹੁਣ ਜਦੋਂ ਉਦੋਂ ਉੱਤੇ ਤਾਂ ਕੋਈ ਗੱਲ ਨਹੀਂ, ਉਹਦੀ ਗੱਡੀ ਲੱਗਦੀ ਸੀ ਉਸ ਤੋਂ ਮੁੱਕਰ ਗਿਆ। ਕਹਿ ਲਓ ਵੀ ਨਸ਼ੇ ਖਾਂਦਾ ਸੀ, ਓਕੇ ਜੋ ਵੀ ਕਹਿਣਾ ਕਹਿ ਲਓ, ਲੇਕਿਨ ਅੱਜ ਵੀ ਕਿੰਨਾ ਗਾਣਾ, ਕਿਉਂਕਿ ਏਡੀਆਂ ਏਡੀਆਂ ਗੱਲਾਂ ਹੀ ਕਹਿ ਦੇਣੀਆਂ ਜਦੋਂ ਡੇਰੇ 'ਚ ਖੜ ਕੇ ਸਾਂਝਣ ਦੀਆਂ ਫੋਟੋ, ਲਾਡੀ ਸ਼ਾਹ ਜੀ ਲਾਡੀ ਸ਼ਾਹ ਦੀ ਫੋਟੋ ਲੱਗੀ ਹੈ ਸਾਹਮਣੇ, ਉੱਥੇ ਬੰਦੇ ਨੇ ਇੱਕ ਲਾਤੇ ਇਹ ਗੱਲ ਖੜੀ ਹੋ ਕੇ ਅਰਨੀਆਂ 'ਚ ਵੀ ਉਹ ਮੁੰਡੇ ਬੈਠੇ ਨੇ, ਸਬੂਤ ਬੈਠੇ ਨੇ ਮੁੰਡੇ ਜਿਹੜੇ, ਵੀ ਉੱਥੇ ਵਿਸ਼ਵਾਸ ਨਾ ਕਰੇ ਤਾਂ ਬੰਦਾ ਫਿਰ ਕੀ ਕਰੇ। ਕਿਉਂਕਿ ਮੈਂ ਤਾਂ ਸਿੱਖਿਆ ਵੀ ਕਹਿੰਦੇ ਵੀ ਇੱਕ ਵਾਰ ਤੂੰ ਖਾਓ ਦੋ ਵਾਰੀ ਖਾਓ, ਤੀਜੇ ਤਾਂ ਤੁਸੀਂ ਬੇਵਕੂਫ ਆ। ਮੈਂ ਇਹ ਗੱਲ ਸਿੱਖੀ ਵੀ ਬਾਰ 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 ਵਿਸ਼ਵਾਸ ਕਰੋ ਯਾਰ, ਕੋਈ ਤਾਂ ਕੋਈ ਤਾਂ ਨਿਕਲ, ਕੋਈ ਤਾਂ ਮਿਲੂਗਾ, ਕੋਈ ਤਾਂ ਚੰਗਾ, ਕੋਈ ਤਾਂ ਮਿਲੇਗਾ, ਕਹੀਂ ਤਾਂ ਮਿਲੇਗਾ, ਕਵੀ ਤਾਂ ਮਿਲੇਗਾ ਆਪਣੇ ਜੈਸਾ, ਆਪਣੇ ਜੈਸਾ। ਉੱਥੇ ਮੈਨੂੰ ਉਹ ਬਾਈ ਦੀ ਲਾਈਨ ਯਾਦ ਆਉਂਦੀ ਹੈ ਵੀ ਇਸ ਦੀ ਨਾ ਕੋਰੀ ਦੀ, ਚੋਰਾਂ ਤੋਂ ਡਰਦੀ ਨਹੀਂ ਮੈਂ ਸਾਧਾਂ ਵਿੱਚ ਵੜ ਗਈ, ਹਾਂ ਇਹ ਬਲਕਾਰ ਨੇ ਗਾਇਆ ਸੀ, ਚੋਰਾਂ ਤੋਂ ਡਰਦੀ ਨਹੀਂ ਮੈਂ ਸਾਧਾਂ ਵਿੱਚ ਵੜ ਗਈ, ਉਹ ਵੀ ਨਿਕਲੇ ਠੱਕੁੜੇ ਮੈਂ ਰੋਵਾਂ, ਹੁਣ ਬਾਈ ਦੋ ਚਾਰ ਤੇਰੇ ਅੱਗੇ ਸਾਜੇ ਤੇ ਦੋ ਚਾਰ ਹੁਣ ਹੋਰ ਸੰਗਤਾਂ ਦਾ ਤਾਂ ਪਤਾ ਨੀ ਮੈਨੂੰ ਭੁੱਖੇ ਮਰ ਜਾਣ, ਭੁੱਖੇ ਮਰ ਜਾਣ ਤੋਂ। ਉਹ ਬੰਦੇ ਨੂੰ ਇਹ ਇੱਕ ਦਿਨ ਅਚਾਨਕ ਮਤਲਬ ਗਏ ਆ, ਲਾਈਟ ਚਲੀ ਗਈ ਹੈ ਪਿੱਛੇ ਬੈਠੇ ਤੇ, ਜਿਨ੍ਹਾਂ ਬੰਦਿਆਂ ਨੇ ਜਿਹੜੇ ਜਿਮ ਤੁਸੀਂ ਚੱਲ ਗਏ, ਤੁਸੀਂ ਮੈਥੋਂ ਗੱਲਾਂ ਸੁਣੀਆਂ ਹੋਈਆਂ, ਤੇਰੀ ਗੱਲਾਂ ਤਾਂ ਗਾਮੇ ਦੀਆਂ ਸੁਣਾ ਹੀ ਰਿਹਾ, ਕਿਉਂਕਿ ਮੈਂ ਵਿਸ਼ਵਾਸ ਹੀ ਨਾ ਕਰਦਾ ਵੀ ਦੇ ਵੀ ਜਦੋਂ ਕੋਈ ਸਿੱਖ ਧਰਮ ਨਾਲ ਰਿਲੇਟਡ ਆਵੇ ਉਹਦੇ ਨਾਲ ਗੱਲ ਕਰਨੀ, ਮੁਸਲਿਮ ਧਰਮ ਨਾਲ ਆਵੇ ਉਹਦੇ ਨਾਲ ਅੱਲਾਹ ਦੀ ਗੱਲ ਕਰਨੀ, ਕ੍ਰਿਸਚਨ ਨਾਲ ਐਂ ਕਰਨੀ, ਇਸ ਤਰ੍ਹਾਂ ਐਂ ਕਰਨੀ, ਇਹ ਗੱਲ। ਹੁਣ ਉਹ ਬੰਦਾ ਕਹਿ ਰਿਹਾ ਆ ਪਿੱਛੇ ਜੇ ਕਹਿੰਦੀ ਪਤਾ ਨਹੀਂ ਕੋਈ ਲੜ ਲੜਾਈ ਹੋਈ ਹੈ ਜਾਂ ਕੀ, ਇੱਕ ਵਾਇਰਲ ਹੋਈ ਹੈ ਕੋਈ ਮੂਵੀ ਜੀ, ਅਤੇ ਉਹਦੇ 'ਚ ਕਹਿ ਰਿਹਾ ਵੀ ਇੱਕ ਗਾਮੇ ਬਾਈ ਦਾ ਗੀਤ ਹੈ ਵੀ ਕਰੇ ਕਰਾਵੇ ਆਪੇ ਆਪ ਫਿੱਟੇ ਮੂੰਹ, ਗਾਮੇ ਬਾਈ ਦਾ ਕਿਉਂ ਆ, ਜੇ ਤੂੰ ਮੇਰੀ ਸੰਗਤ ਰਹਿੰਦਾ ਮੈਂ ਕਹਿਣਾ ਸੀਗਾ ਵੀ ਇੱਕ ਬਾਣੀ ਦਾ ਬੜਾ ਅੱਛਾ ਸ਼ਬਦ ਹੈ ਜੀ ਜੀ ਜੀ, ਇਹਨੂੰ ਗਾਮੇ ਬਾਈ ਨੇ ਗਾਣੇ ਦਾ ਰੂਪ ਦਿੱਤਾ, ਅਸਲੀ ਇਹ ਗੱਲ ਬਣਦੀ ਸੀ ਡਾਂਸ, ਠੀਕ ਹੈ ਜੀ, ਲੇਕਿਨ ਉਹ ਆਵੇ ਕਿੱਥੋਂ, ਇੱਕ ਪਾਸੇ ਫਿਰ ਮੈਂ ਡਰਾਮਾ ਮੈਂ ਲਿਖਿਆ, ਉਹ ਤੇਰੇ ਉਹਨੇ ਜਿੰਨੀ ਤੇਰੀ ਉਮਰ ਆ ਉਹਨੇ ਜ਼ਿੰਦਗੀ 'ਚ ਹਾਦਸੇ ਹੋ ਗਏ, ਹੁਣ ਤਾਂ ਇਹ ਹਾਲ ਹੋਏ ਨੇ, ਫਿਰ ਜਾਂਦਾ ਜਾਂਦੇ ਤੁਹਾਡੀ ਟਾਈਮ ਵੀ ਜ਼ਿਆਦਾ ਨਾ ਲਵਾਂ, ਵੀ ਹੁਣ ਤਾਂ ਇਹ ਹੋ ਗਿਆ ਜਦੋਂ ਮੈਂ ਦਿਲ ਨੂੰ ਕਈ ਵਾਰੀ ਕਹਿੰਦਾ ਵੀ ਅੱਖ ਵੀ ਨਹੀਂ ਰੋਈ ਨਾਲੇ ਤੂੰ ਵੀ ਨਹੀਂ ਰੋਇਆ, ਕੌਣ ਨਹੀਂ ਰੋਇਆ ਦੇਖੋ ਪਾਤਰ ਕੌਣ ਹੈ ਮੇਰਾ, ਅੱਖ ਵੀ ਨਹੀਂ ਰੋਈ ਨਾਲੇ ਤੂੰ ਵੀ ਨਹੀਂ ਰੋਇਆ, ਚੱਲ ਦਿਲਾ ਮਿੱਤਰ ਬਣਾਈਏ ਕੋਈ ਨਵਾਂ, ਚੱਲ ਦਿਲਾ ਸਾਧ ਹੁਣ ਲੱਭੀਏ ਨਵਾਂ, ਚੱਲ ਦਿਲਾ ਸਿੰਗਰ ਬਣਾਈਏ ਕੋਈ ਨਵਾਂ, ਮੰਨ ਲਓ ਅੱਖ ਵੀ ਨਹੀਂ ਰੋਈ ਨਾਲੇ ਤੂੰ ਵੀ ਨਹੀਂ ਰੋਇਆ, ਚੱਲ ਦਿਲਾ ਮਿੱਤਰ ਬਣਾਈਏ ਕੋਈ ਨਵਾਂ, ਬੜੀ ਦੇਰ ਹੋ ਗਈ ਕੋਈ ਹਾਦਸਾ ਨਹੀਂ ਹੋਇਆ, ਚਲੋ ਚਲੋ ਮਿੱਤਰ ਬਣਾਈਏ ਕੋਈ। ਕੀ ਬਾਤ, ਵਾਹ ਕੀ ਬਾਤ ਭਾਈ ਜੀ, ਆਪਣੇ ਕੋਲੇ ਇੱਕ ਦੋ ਮਿੰਟ ਆ, ਹੁਣ ਜਦੋਂ ਡਾਕਟਰ ਇਹ ਗੱਲ ਕਹਿ ਦਿੰਦੇ ਆ ਕਿ ਗੁਰਨਾਮ ਗਾਮੇ ਦੇ ਕੋਲੇ ਸਮਾਂ ਥੋੜਾ, ਉਦੋਂ ਫਿਰ ਕੀ ਚੱਲਦਾ ਅੰਦਰ? ਨਹੀਂ ਬਿਲਕੁਲ, ਉਹ ਜਦੋਂ ਨਾ ਮੈਂ ਮਾਤਾ ਅਤੇ ਮੇਰੀ ਸਿੰਘਣੀ ਜਦੋਂ ਇਹ 2015 ਦੀ ਗੱਲ ਆ ਜੀ, ਡਾਕਟਰ ਮੱਲੀ ਬੜੇ ਵੱਡੇ ਡਾਕਟਰ ਨੇ, ਔਰ ਉਹਨਾਂ ਨੇ ਕਿਹਾ ਵੀ ਜੀ ਇੰਨਾ ਕੁ ਚਿਰ ਹੈ, ਅਤੇ ਉਹਨਾਂ ਦਾ ਬਿਹੇਵ ਔਰ ਉਹਨਾਂ ਦਾ ਚਿਹਰੇ ਦਾ ਐਕਸਪ੍ਰੈਸ਼ਨ ਉਹ ਸਾਰਾ ਚੇਂਜ, ਮੈਂ ਪੁੱਛਿਆ ਵੀ ਕੀ ਗੱਲ ਆ ਕਿਉਂ ਹੈ ਕਰ ਰਹੇ ਹੋ, ਅਤੇ ਉਹ ਮਜ਼ਾ ਜੇ ਮਾਂ ਤਾਂ ਮਾਂ ਹੈ, ਫਿਰ ਉਹ ਕੇ ਰੋਣ ਲੱਗ ਗਈ ਅਤੇ ਸਿੰਘਣੀ ਵੀ ਰੋਣ ਲੱਗ ਗਈ ਜੀ, ਡਾਕਟਰ ਸਾਹਿਬ ਕਹਿੰਦੇ ਵੀ 2 ਮਹੀਨੇ 4 ਮਹੀਨੇ ਫਿਰ ਹੋਊਗਾ, ਅਤੇ ਲੇਕਿਨ ਉਹ MD ਕੋਈ ਹੋਰ ਹੈ ਉੱਥੇ, ਇਹਨਾਂ ਨੂੰ ਨਹੀਂ ਪਤਾ। ਬਾਣੀ ਕਹਿੰਦੀ ਹੈ, ਕਹਿੰਦੀ ਜੀ ਪ੍ਰਭ ਚਾਹੇ ਮੈਨੂੰ ਸਵਸਥ ਰੱਖੇ। ਮੈਂ ਡਾਕਟਰ ਸਾਹਿਬ ਨਾਲ ਇਹ ਗੱਲ ਕਰੀ, ਤੁਸੀਂ ਕੌਣ ਹੁੰਦੇ ਹੋ ਜੀ ਇਹ ਗੱਲ ਕਹਿਣ, ਤੁਸੀਂ ਤਾਂ ਮਤਲਬ ਹੀ ਨਹੀਂ। ਹਾਂ ਇੱਕ ਉਹਦੇ 'ਚ ਛੋਟੀ ਜਿਹੀ ਗੱਲ 'ਚ ਵੀ ਅਸੀਂ ਦੌਲਤ ਕਮਾਈ ਨਹੀਂ ਕੋਈ ਗੱਲ ਨਹੀਂ, ਵੱਡੇ ਲੋਕਾਂ ਨਾਲ ਬਣਾਈ ਨਹੀਂ ਕੋਈ ਗੱਲ ਨਹੀਂ, ਔਰ ਲੋੜਾਂ ਦੀ ਸ਼ੌਹਰਤ ਕਮਾਈ ਬੈਠੇ ਹਾਂ, ਅਸੀਂ ਜਿਹਦੇ ਨਾਲ ਬਣਾਉਣੀ ਸੀ ਬਣਾਈ ਬੈਠੇ, ਜਿਹਦੇ ਨਾਲ ਬਣਾਉਣੀ ਸੀ ਬਣਾਈ, ਉਹ MD ਨੇ ਬਣਾਈ ਵੀ ਹੈ, ਉਹਨੇ ਬਚਾਉਣਾ, ਬਾਕੀ ਹੌਸਲੇ ਦੀ ਗੱਲ ਹੈ।
ਕਿਹੜੀਆਂ ਬਿਮਾਰੀਆਂ ਮੋਰੀਆਂ, ਇੱਕ ਮੈਨ ਐਂਡ ਵਾਈਲਡ ਕੋਈ ਪ੍ਰੋਗਰਾਮ ਜਿਹਾ ਚੱਲਦਾ ਦੇਖਿਆ, ਉਹਦੀ ਰੀੜ੍ਹ ਦੀ ਹੱਡੀ ਟੁੱਟੀ ਸੀ ਜੀ। ਇਹ ਬੰਦੇ ਐਕਸਪ੍ਰੈਸ਼ਨ, ਕਈ ਬੰਦੇ ਨਾ ਤੁਹਾਨੂੰ ਮੋਟੀਵੇਟ ਕਰਦੇ ਨੇ ਇਹਨਾਂ ਗੱਲਾਂ ਨਾਲ, ਵੀ ਉਹ ਟੁੱਟਣ ਦੇ ਬਾਵਜੂਦ ਓਬਾਮਾ ਨੂੰ ਮੋਦੀ ਨੂੰ ਲੈ ਕੇ ਪਹਾੜਾਂ 'ਤੇ ਚੜ੍ਹ ਰਿਹਾ, ਕਿਸ ਤਰ੍ਹਾਂ ਦੇਖਿਆ ਨਾ ਤੁਸੀਂ, ਬਿਲਕੁਲ ਸਹੀ, ਵੀ ਤੁਹਾਡੇ ਅੰਦਰ ਜੀਣ ਦੀ ਸ਼ਕਤੀ ਤੁਹਾਡੇ ਅੰਦਰ ਹੈ। ਤੁਸੀਂ ਹੁੰਦੇ ਜਦੋਂ ਕਿਸੇ ਦੇ ਬੁਲੰਦ ਹੌਂਸਲੇ, ਚੰਗੇ ਚੰਗਿਆਂ ਦੇ ਕੱਢਦੇ ਹੁੰਦੇ ਨਾ ਹੌਂਸਲੇ, ਅਤੇ ਮੈਂ ਹਮੇਸ਼ਾ ਸਪੋਰਟਸਮੈਨ ਬੰਦਾ, ਉਹ ਸਾਡੇ ਬਾਈ ਹਰਵਿੰਦਰ ਕਹਿੰਦਾ ਹੁੰਦਾ ਸੀਗਾ ਵੀ ਉਹ ਭਲਵਾਨ ਹੈ ਜਗਰਾਉਣ ਦਾ, ਵੀ ਯਾਰ ਜੇ ਹਜ਼ਾਰ ਹਜ਼ਾਰ ਡੰਡ ਮਾਰ ਦਿੰਦੇ ਹਾਂ ਤਾਂ ਬਾਜਾ ਕਿਵੇਂ ਨਾ ਆਊਗਾ ਯਾਰ, ਕਿੱਥੇ ਬਾਜਾ ਅਤੇ ਕਿੱਥੇ ਡੰਡ। ਮਤਲਬ ਅਸੀਂ ਉਹ ਬੰਦੇ ਹਾਂ ਵੀ ਯਾਰ ਜੇ ਤਿੰਨ ਤਿੰਨ ਚਾਰ ਚਾਰ ਘੰਟੇ ਪ੍ਰੈਕਟਿਸ ਕਰਨ ਵਾਲੇ ਹਾਂ ਤਾਂ ਕਿਹੜੀ ਗੱਲ ਆ ਯਾਰ, ਕੋਈ ਇਹ ਮੌਤ ਮੌਤ ਕੋਈ ਬਿਮਾਰੀ ਨੂੰ ਵੀ ਬਿਮਾਰੀ ਨੂੰ ਵੀ ਹਰਾ ਲਾਂਗੇ ਯਾਰ। ਬਾਈ ਜੀ ਬਹੁਤ ਚੰਗਾ ਲੱਗਾ ਤੁਹਾਡੇ ਨਾਲ ਗੱਲਬਾਤ ਕਰਕੇ, ਤੁਸੀਂ ਲਗਾਤਾਰ ਗੀਤ ਲਿਖਦੇ ਰਹੋ ਸ਼ਹਿਬਾਜ਼ ਬਾਈ ਜੀ, ਤੇ ਫਿਰ ਸਰਗਰਮ ਹੋ ਅਸੀਂ ਇਹ ਚਾਹੁੰਦੇ ਹਾਂ, ਤੇ ਤੁਸੀਂ ਜੋ ਗਲਤੀਆਂ ਕੀਤੀਆਂ ਘੱਟ ਜਾਂ ਵੱਧ ਹੁਣ ਮੁੱਖ ਧਾਰਾ ਦੇ ਵਿੱਚ ਆ ਕੇ ਲਗਾਤਾਰ ਗੀਤਾਂ ਦੇ ਵੱਲ ਤੇ ਇਸ ਕਿੱਤੇ ਦੇ ਵੱਲ ਧਿਆਨ ਦਿਓ, ਤੇ ਬਾਈ ਜੀ ਤੁਹਾਡੀ ਉਮਰ ਲੰਮੀ ਹੋਵੇ, ਜੋ ਕੁਝ ਹੋ ਗਿਆ ਜਿਵੇਂ ਹੋ ਗਿਆ ਹੁਣ ਸਾਰੀਆਂ ਅਲਾਮਤਾਂ ਤੋਂ ਦੂਰ ਰਹੋ, ਤੇ ਤੁਹਾਡੀ ਉਮਰ ਲੰਮੀ ਸਾਨੂੰ ਚਾਹੀਦੀ ਹੈ, ਅਸੀਂ ਕਾਮਨਾ ਕਰਦੇ ਹਾਂ। ਬਾਈ ਜੀ ਹਰਮਨ ਜੀ ਹੁਣ ਸਮਾਪਤ ਜੀ 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 ਮੈਂ ਉਹ ਜਿਹੜੇ ਵੀਰ ਜਿੱਦਾਂ ਮੇਰੇ ਨਾ ਕਬੱਡੀ ਵਾਲੇ ਜਿਹੜੇ ਸੀ, ਜਿਹਨਾਂ ਦਾ ਮੈਂ ਸਪੈਸ਼ਲੀ ਉਹ ਕਹਿਣਾ ਚਾਹਾਂਗਾ ਤੁਹਾਡੇ ਚੈਨਲ ਦੇ ਮਾਧਿਅਮ ਜੀ ਜੀ ਰਾਹੀਂ, ਮੇਰੇ ਦੋਸਤ ਜਿੱਦਾਂ ਪਿੱਲੀ ਵਰਗੇ ਵੀਰ ਜਿਹੜੇ ਕਬੱਡੀ ਵਾਲੇ ਸੀਗੇ, ਜਿਹੜੇ ਉਹ ਜਿਵੇਂ ਤੁਸੀਂ ਪੁੱਛਦੇ ਸੀ ਕੌਣ ਕੌਣ ਨਾਲ ਖੜ੍ਹੇ ਕੌਣ ਨਹੀਂ, ਸਿੰਗਰਾਂ ਤੋਂ ਇਲਾਵਾ ਜਿਹੜੇ ਵੀਰ ਖੜ੍ਹੇ, ਜਿਵੇਂ ਹੁਣ ਹਰਿੰਦਰ ਨੇ ਤਾਂ ਕੋਈ ਗਾਇਆ ਹੀ ਨਹੀਂ, ਗਿੱਲ ਨੇ ਤਾਂ ਫਿਰ ਗਾਇਆ ਹਰਦੀਪ ਨੇ, ਹਾਂਗਕਾਂਗ ਵਾਲੇ ਮੁੰਡੇ, ਇੰਗਲੈਂਡ ਵਾਲੇ ਮੁੰਡੇ ਸਾਰੇ, ਹਾਂ ਅਤੇ ਪਿੰਡ ਦੇ ਵੀ ਬੜੇ ਇਹਨਾਂ ਦੇ ਹੀ, ਪਿੱਲੀ ਹੋਣੀ ਔਰ ਹਰਜੀਤ ਕਲੱਬ ਜਿਹੜੀ ਸਾਡੀ ਸੀ, ਕਿਉਂਕਿ ਅਸੀਂ ਇਕੱਠੇ ਹੀ ਪੜ੍ਹੇ ਸਾਰੇ, ਅਤੇ ਇਹਨਾਂ ਨੇ ਬਹੁਤ ਹੈਲਪ ਕਰੀ, ਆਰਥਿਕ ਵੀ ਮੋਰਲ ਤੌਰ 'ਤੇ ਸਪੋਰਟ ਕਰੀ। ਬਾਈ ਸ਼ਿੰਦਾ ਚਰਾਲੀਆ ਸਾਡਾ ਹੁੰਦਾ ਸੀ, ਉਹਨੂੰ ਬੜੀ ਅੱਛੀ, ਇੱਕ ਮੇਰੀ ਸਾਧਨ ਵਾਲੀ ਆੜੀ ਜਦ ਰਹੀ ਹੈ ਉਹ ਕਰਤਾਰਪੁਰ ਦੇ ਸੰਤ ਨੇ ਜਸਵੀਰ ਜੀ, ਉਹਨਾਂ ਨੇ ਬੜੀ ਹੈਲਪ ਕਰੀ, ਉਹਨਾਂ ਦਾ ਸਦਕੇ ਉਹਨਾਂ ਦਾ ਇਹ ਕਹਿਣਾ ਸੀਗਾ ਵੀ ਜੇ ਬਾਕੀ ਤਾਂ ਪਤਾ ਨਹੀਂ ਸਤਿਗੁਰ ਦੇ ਹੱਥ ਹੈ, ਪਰ ਪੈਸੇ ਕਰਕੇ ਤੈਨੂੰ ਕੁਛ ਨਹੀਂ ਹੋਣ। ਵਾਹ ਕੀ ਬਾਤ ਹੈ ਭਾਈ ਜੀ, ਅਸੀਂ ਇਹ ਅਰਦਾਸ ਕਰਦੇ ਹਾਂ ਵੀ ਤੁਹਾਡੇ ਅੰਦਰਲੀ ਜਿਹੜੀ ਵਿਲ ਪਾਵਰ ਹੈ ਇਸ ਤੋਂ ਵੀ ਦੁੱਗਣੀ ਚੌਗਣੀ ਹੋਵੇ, ਤੇ ਤੁਹਾਡੀ ਉਮਰ ਬਹੁਤ ਜ਼ਿਆਦਾ ਲੰਮੀ ਹੋਵੇ, ਤੇ ਤੁਸੀਂ ਵੀ ਜਲਦੀ ਸਰਗਰਮ ਹੋਵੋ। ਬਾਕੀ ਫਿਲਹਾਲ ਦੇ ਲਈ ਆਪਾਂ ਨੂੰ ਪ੍ਰੋਗਰਾਮ ਇੱਥੇ ਹੀ ਸਮੇਟਣਾ ਪਏਗਾ, ਪਰ ਤੁਸੀਂ ਆਪਣੀ ਪ੍ਰਤੀਕਿਰਿਆ ਜ਼ਰੂਰ ਸਾਡੇ ਤਾਈਂ ਪਹੁੰਚਾਇਓ, ਸਾਨੂੰ ਚਾਰਾਂ ਦੇ ਇਜਾਜ਼ਤ, ਸਤਿ ਸ਼੍ਰੀ ਅਕਾਲ, ਤੁਸੀਂ ਦੇਖਦੇ ਰਹੋ ਪ੍ਰਾਈਮ ਏਸ਼ੀਆ ਟੀਵੀ, ਤੁਹਾਡਾ ਤੁਹਾਡੇ ਲਈ ਸਤਿ ਸ਼੍ਰੀ ਅਕਾਲ।